ਸੋਸ਼ਲ ਵਰਕਰ ਬਣਨ ਦਾ ਖਿਆਲ ਦਿਮਾਗ ਦੇ ਵਿੱਚ ਆਇਆ ਕਿੱਦਾਂ? ਕਿਸੇ ਬੈਂਕ ਤੋਂ ਮੈਨੂੰ ਫੋਨ ਆਇਆ ਕਿ ਮੇਰੇ ਨਾਲ ਇਸ ਤਰ੍ਹਾਂ ਮੈਨੇਜਰ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਕਹਿ ਰਹੀ ਹੈ ਕਿ ਸ਼ਿਕਾਇਤ ਤੁਸੀਂ ਕਰੋ। ਮੈਂ ਕਿਹਾ ਜਿਹੜਾ ਵਿਕਟਿਮ ਹੈ ਸ਼ਿਕਾਇਤ ਤਾਂ ਉਹ ਕਰੇਗਾ। ਹਾਂਜੀ, ਵੀ ਕੈਨ ਹੈਲਪ, ਵੀ ਕੈਨ ਗਾਈਡ। ਯੈਸ, ਉਹਦਾ ਕਾਰਨ ਕੀ ਹੈ? ਲੋਕਾਂ ਨੂੰ ਦੱਸਣਾ ਪਏਗਾ ਵੀ ਤੁਸੀਂ ਉੱਠੋਗੇ ਤੇ ਤੁਹਾਡੇ ਨਾਲ ਚਾਰ ਬੰਦੇ ਉੱਠਣ, ਜਿਹੜੇ ਕਿ 10 ਸਾਲ ਤੋਂ ਖਾਸ ਕਰਕੇ ਛੋਟੀਆਂ ਬੱਚੀਆਂ ਨੇ। ਜੇ ਉਹਨਾਂ ਨਾਲ ਕੋਈ ਹੁੰਦਾ ਹੈ ਤੇ ਹੋ ਸਕਦਾ ਹੈ ਕਿ ਉਸ ਬੰਦੇ ਦੀ ਕਦੀ ਜ਼ਮਾਨਤ ਵੀ ਨਹੀਂ ਹੁੰਦੀ, ਉਹਨੂੰ ਬੇਲ ਵੀ ਨਹੀਂ ਮਿਲਦੀ। ਇਹ ਮੇਰੇ ਕੇ ਵੀਕ ਦਿਨ ਦੀ ਗੱਲ ਹੁੰਦੀ ਜੀ, ਮੈਂ ਆਊਟ ਆਫ ਸਿਟੀ ਸੀ ਤੇ ਮੈਨੂੰ ਫੋਨ ਆਇਆ ਕਿ 4 ਸਾਲ ਦੀ ਬੱਚੀ ਨਾਲ ਇੱਕ 22 ਸਾਲ ਦੇ ਆਦਮੀ ਨੇ ਗਲਤ ਕੰਮ ਕੀਤਾ। ਮਾਂ ਆਪਣੀ ਰੋਟੀ ਕਮਾਉਣ ਵਾਸਤੇ ਬਾਹਰ ਗਈ ਹੈ, ਉਹਦੀ ਬੱਚੀ ਨਾਲ ਇਹ ਹੋ ਰਿਹਾ, ਉਹਦੇ ਨਾਲ ਸਮਾਜ ਨਹੀਂ, ਉਹਨੂੰ ਪਤਾ ਹੀ ਨਹੀਂ ਕੀ ਕਰਨਾ। ਤੇ ਜਦੋਂ ਤੁਸੀਂ ਉਹਦੇ ਨਾਲ ਖਲੋਂਦੇ ਹੋ ਜਾਂ ਉਹਨੂੰ ਗਾਈਡ ਕਰਦੇ ਹੋ ਜਾਂ ਉਹਨੂੰ ਇਨਸਾਫ਼ ਦਵਾਉਂਦੇ ਹੋ ਤੇ ਤੁਸੀਂ ਤਦ ਸਮਾਜ ਦਾ ਇੱਕ ਹਿੱਸਾ ਬਣ। ਕਿੰਨੀਆਂ ਬੱਚੀਆਂ ਮੇਰੇ ਕੋਲ ਇਸ ਤਰ੍ਹਾਂ ਦੀਆਂ ਆਉਣਗੀਆਂ ਕਿ ਬੇਟੇ ਨੰਬਰ ਕਿੱਥੋਂ ਮਿਲਿਆ, ਮੈਂ ਵੀ ਇੱਕ ਵਾਰੀ ਮਿਸਡ ਕਾਲ ਆਈ ਸੀ, ਇਸ ਤਰ੍ਹਾਂ ਦੇ ਵੀ ਕੇਸਿਸ ਆਉਂਦੇ ਸੀ। ਤੇ ਫਿਰ ਮੈਂ ਕਿਹਾ ਮੈਂ ਦੁਬਾਰਾ ਬੈਕ ਕਾਲ ਕੀਤੀ ਤੇ ਅਸੀਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਤੀ ਤੇ ਉੱਥੋਂ ਰਿਲੇਸ਼ਨਸ ਕੀ ਬਣ ਗਏ। ਹੁਣ ਅੱਗੇ ਆਪਾਂ ਰਿਸ਼ਤਾ ਕਰਦੇ ਸੀ ਤੇ ਕੋਈ ਦੇਖਦੇ ਸੀ ਕਿ ਇਹਦੇ ਪੇਰੈਂਟਸ ਕੌਣ ਹੈ, ਇਹ ਕਿਹੜਾ ਪਰਿਵਾਰ ਨੂੰ ਹੈ, ਕਿਸ ਤਰ੍ਹਾਂ ਦਾ ਇਹਨਾਂ ਦੇ ਘਰ ਦੇ ਹਾਲਾਤ ਨੇ, ਕਿ ਫਿਰ ਚੱਕ ਰਹੀ। ਹੁਣ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ ਔਰ ਰਿਸ਼ਤਾ ਕਰਨ ਤੱਕ ਪੱਕੇ ਹੋ ਰਹੇ ਹੋ। ਬਿਲਕੁਲ, ਉਹ ਇੱਕ ਨਸ਼ੇੜੀ ਹੈ, ਉਹ ਇੱਕ ਚੋਰ ਹੈ, ਉਹ ਟੈਰਰਿਸਟ ਹੈ, ਸਾਨੂੰ ਕੁਛ ਨਹੀਂ ਪਤਾ, ਉਹ ਸਿਰਫ ਅਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਹਾਂ, ਪਰ ਜਦੋਂ ਰਿਜ਼ਲਟ ਹੁੰਦਾ ਤੇ ਅਸੀਂ ਪਤਾ ਨਹੀਂ ਕਿੱਥੇ ਪਹੁੰਚ ਚੁੱਕੇ। ਚਾਈਲਡ ਸੈਕਸ਼ੂਅਲ ਅਬਿਊਜ਼ ਦੀ ਗੱਲ ਕੀਤੀ ਹੈ ਨਾ, ਉਸ ਤੋਂ ਇਲਾਵਾ ਵਰਕ ਪਲੇਸ ਤੇ ਸੈਕਸ਼ੂਅਲ ਹਰਾਸਮੈਂਟ ਹੁੰਦੀ ਆ, ਉਹ ਤੁਹਾਡੇ ਕੋਲ ਕੇਸਿਸ ਆਉਂਦੇ ਨੇ। ਡੋਮੈਸਟਿਕ ਵਾਇਲੈਂਸ ਦੇ ਕੇਸਿਸ ਆਉਂਦੇ ਨੇ, ਕੋਈ ਤਾਂ ਸਮਝਦੇ ਸਿਰਫ ਕੁੱਟ ਮਾਰੀ ਡੋਮੈਸਟਿਕ ਵਾਇਲੈਂਸ। ਡੋਮੈਸਟਿਕ ਵਾਇਲੈਂਸ ਹਰ ਹੈ ਕੋਈ ਤੁਹਾਨੂੰ ਮੈਂਟਲੀ ਟੋਰਚਰ ਕਰਦਾ ਜੀ, ਤੁਹਾਡੇ ਹਸਬੈਂਡ ਘਰ ਹੈ ਕੋਈ ਕੁਛ ਨਹੀਂ ਬੋਲ ਰਿਹਾ, ਉਹ ਬਾਹਰ ਗਏ ਆ ਤੁਹਾਡੇ ਅੱਗੋਂ ਰੋਟੀ ਪਈ ਵੀ ਚੁੱਕੀ ਜਾਂਦੀ ਹੈ, ਕਿਆ ਕੁਛ ਨਹੀਂ, ਇਹ ਤੁਹਾਨੂੰ ਕਿੰਨਾ ਕੁ ਡਿਸਟਰਬ ਕਰਦਾ। ਤੁਹਾਨੂੰ ਬਾਰ ਬਾਰ ਤੁਹਾਡੇ ਪੇਰੈਂਟਸ ਬਾਰੇ ਬਾਰ ਬਾਰ ਡਿਸਟਰਬ ਕੀਤਾ ਜਾ ਰਿਹਾ, ਕਿਸੇ ਸਾਹਮਣੇ ਨਹੀਂ ਬੋਲਿਆ ਜਾ ਰਿਹਾ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਦੇਖਦੇ ਆ ਕਿ ਕਿਸੇ ਸਾਹਮਣੇ ਬਹੁਤ ਅੱਛਾ ਡਰਾਮਾ ਕਰ ਲੈਂਦੇ, ਅਸੀਂ ਤਾਂ ਬਹੂ ਲਈ ਆਹ ਕਰਦੇ, ਜੇ ਅਸੀਂ ਆਹ ਕਰਦੇ ਤੇ ਉਹ ਬਹੂ ਵੀ ਹੈਰਾਨ ਹੋ ਰਹੀ ਕਿਹਦੇ ਬਾਰੇ ਕਿਹਾ ਜਾ ਰਿਹਾ। ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਰੋਟੀ ਕੱਪੜਾ ਔਰ ਮਕਾਨ ਤੋਂ ਬਾਅਦ ਜੇ ਕੋਈ ਆਦਮੀ ਦੀ ਚੌਥੀ ਜ਼ਰੂਰਤ ਹੈ, ਦੈਟ ਇਜ਼ ਐਜੂਕੇਸ਼ਨ। ਐਜੂਕੇਸ਼ਨ ਤੁਸੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਦਸਵੰਧ ਕੱਢੋ, ਉਹ ਕਿਉਂ ਕਿਹਾ ਸੀ? ਉਹਨਾਂ ਨੇ ਕਿਹਾ ਸੀ, ਉਹਨਾਂ ਨੂੰ ਪਤਾ ਸੀ ਕਿ ਸਾਡਾ ਜਿਹੜਾ ਸਮਾਜ ਹੈ ਕਦੀ ਇੱਕ ਜੈਸਾ ਨਹੀਂ ਰਹੇਗਾ, ਇਹਦੇ ਵਿੱਚ ਉਹ ਜਿਹੜਾ ਅਮੀਰ ਗਰੀਬ ਦਾ ਜਿਹੜਾ ਫਰਕ ਰਹਿਣਾ ਹੀ ਰਹਿਣਾ, ਤੇ ਉਸ ਗਰੀਬ ਨੂੰ ਮਦਦ ਕਰਨ ਵਾਸਤੇ ਮਿਡਲ ਕਲਾਸ ਹੀ ਅੱਗੇ ਆਏਗੀ, ਅਮੀਰ ਨਹੀਂ ਆਉਣਗੇ। ਜਿਹੜੀ ਮਿਡਲ ਕਲਾਸ ਹੈ ਉਹ ਸਮਝਦੀ ਹੈ ਕਿ ਇੱਥੋਂ ਮੈਂ ਕਿੱਦਾਂ ਪਹੁੰਚੀ, ਤੇ ਉਹਨੂੰ ਦਸਵੰਧ ਕੱਢ ਲਈ ਇਸ ਤਰ੍ਹਾਂ ਹੀ ਕਿਹਾ ਸੀ ਕਿ ਆਪਾਂ ਦੂਜਿਆਂ ਦੀ ਮਦਦ ਕਰੀਏ। ਤੇ ਜੇ ਆਪਾਂ ਆਪਣੇ ਦਸਵੰਧ ਦੇ ਵਿੱਚੋਂ ਕੁਛ ਬੱਚੀਆਂ ਪੜਾ ਜਾਈਏ, ਕੁਛ ਦੀ ਜ਼ਿੰਦਗੀ ਸਵਾਰ ਜਾਈਏ, ਤੇ ਤੁਸੀਂ ਦੇਖੋ ਕਿ ਅੱਗੇ ਜਾ ਕੇ ਕਹਿੰਦੇ ਨਾ ਕਿ ਇਹ ਚੀਜ਼ਾਂ ਸਾਡੇ ਨਾਲ ਜਾਂਦੀਆਂ ਨੇ। ਅੱਜ ਜੇ ਤੁਸੀਂ ਮੈਨੂੰ ਬੁਲਾਇਆ, ਮੈਨੂੰ ਇੱਕ ਹਾਊਸ ਵਾਈਫ ਕਰਕੇ, ਇੱਕ ਆਮ ਔਰਤ ਕਰਕੇ ਨਹੀਂ ਬੁਲਾਇਆ, ਮੈਨੂੰ ਇੱਕ ਸਮਾਜ ਸੇਵਿਕਾ ਕਰਕੇ। ਸੇਂਟ ਸਰ
ਕਲਚਰ ਟਾਈਮਸ ਤੇ ਮੈਂ ਹਾਂ ਜਸਪ੍ਰੀਤ ਕੌਰ ਸ਼ੇਰਗਿੱਲ ਤੇ ਬਿਲਕੁਲ ਜੀ ਹਾਜ਼ਰ ਹਾਂ ਅੱਜ ਦਾ ਇਹ ਪੋਡਕਾਸਟ ਲੈ ਕੇ। ਔਰ ਅੱਜ ਦੇ ਪੋਡਕਾਸਟ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਰਾਈਟਰ ਐਂਡ ਸੋਸ਼ਲ ਐਕਟਿਵਿਸਟ ਮੈਡਮ ਪ੍ਰਵੀਨ ਅਬਰੋਲ ਜੀ, ਜਿਨ੍ਹਾਂ ਨੇ ਇੰਨਾ ਕੰਮ ਸਮਾਜ ਦੇ ਲਈ ਕੀਤਾ, ਸੋਸਾਇਟੀ ਦੇ ਲਈ ਕੀਤਾ ਕਿ ਸ਼ਾਇਦ ਹੀ ਕੋਈ ਹੋਰ ਕਰ ਸਕਦਾ ਹੋਵੇ। ਸੋ ਆਓ ਕਰਦੇ ਉਹਨਾਂ ਦੇ ਨਾਲ ਤੇ ਪੁੱਛਦੇ ਹਾਂ ਕਿ ਉਹਨਾਂ ਨੇ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਕਿਵੇਂ। ਬਹੁਤ ਬਹੁਤ ਸਵਾਗਤ ਹੈ ਮੈਮ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਅੱਜ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਸੀਨ ਸ਼ੋਲਡਰ ਦੇ ਵਿਹੜੇ ਵਿੱਚ ਆਈ। ਨਹੀਂ ਮੈਮ, ਅਸੀਂ ਖੁਸ਼ਕਿਸਮਤ ਹਾਂ ਕਿ ਤੁਸੀਂ ਆਪਣੇ ਇੰਨੇ ਬਿਜ਼ੀ ਸਕੈਡਿਊਲ ਦੇ ਵਿੱਚੋਂ ਟਾਈਮ ਕੱਢਿਆ, ਕਿਉਂਕਿ ਅਸੀਂ ਬਹੁਤ ਦੇਰ ਦੇ ਸੋਚਦੇ ਸੀ ਕਿ ਅਸੀਂ ਤੁਹਾਡੇ ਨਾਲ ਮਿਲਣਾ ਆ, ਤੁਹਾਡੇ ਨਾਲ ਗੱਲਬਾਤ ਕਰਨੀ ਆ, ਪਰ ਫਾਈਨਲੀ ਅੱਜ ਉਹ ਮੌਕਾ ਜਿਹੜਾ ਆ ਗਿਆ ਤੇ ਅੱਜ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਛੇਤੀ। ਮੇਰੇ ਵਾਸਤੇ ਬੜਾ ਬਲੈਸਡ ਹੈ, ਮੈਂ ਅੱਗੇ ਵੀ ਬਹੁਤ ਵਾਰੀ ਇੱਥੇ ਆ ਚੁੱਕੀ ਹਾਂ, ਪਰ ਅੱਜ ਇਸ ਵਾਸਤੇ ਆਈ ਹਾਂ, ਇਸ ਕਰਕੇ ਮੈਂ ਇਸ ਦਿਨ ਦਾ ਖਾਸ ਕਰਕੇ ਸਪੈਸ਼ਲੀ ਧੰਨਵਾਦ ਕਰਦੀ। ਨਹੀਂ, ਬਹੁਤ ਬਹੁਤ ਸ਼ੁਕਰੀਆ। ਔਰ ਮੈਮ, ਪਹਿਲਾ ਸਵਾਲ ਤੇ ਮੇਰਾ ਇਹੀ ਹੈ ਤੁਹਾਨੂੰ ਕਿ ਮਤਲਬ ਸੋਸ਼ਲ ਵਰਕਰ ਬਣਨ ਦਾ ਖਿਆਲ ਦਿਮਾਗ ਦੇ ਵਿੱਚ ਆਇਆ ਕਿੱਦਾਂ? ਕਿਉਂਕਿ ਈਜ਼ੀਲੀ ਕੋਈ ਵੀ ਬੰਦਾ ਇਸ ਚੀਜ਼ ਨੂੰ ਨਹੀਂ ਸੋਚਦਾ, ਕਿਉਂਕਿ ਹਰ ਕੋਈ ਪੈਸੇ ਦੀ ਦੌੜ ਦੇ ਵਿੱਚ ਲੱਗਾ ਹੋਇਆ, ਔਰ ਹਰ ਕਿਸੇ ਨੂੰ ਇਹੀ ਹੈ ਕਿ ਮੇਰਾ ਕਰੀਅਰ ਹੋਵੇ, ਮੇਰਾ ਵੈਲ ਸੈਟਲਡ, ਮੇਰੀ ਲਾਈਫ ਹੋਵੇ, ਸਾਰਾ ਕੁਛ ਹੋਵੇ, ਦੁਨੀਆਂ ਜੋ ਕਰਦੀ ਉਹ ਕਰਦੀ ਰਵੇ, ਮੈਨੂੰ ਦੁਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਤੁਸੀਂ ਗੱਲ ਸ਼ੁਰੂ ਕੀਤੀ ਤੇ ਇੱਕ ਦਿਮਾਗ 'ਚ ਕਿਤੇ ਦੇ ਮੈਂ ਕਿੱਥੇ ਪਹੁੰਚ ਗਈ, ਮੈਂ ਪਹੁੰਚ ਗਈ ਲਾਰਡ ਬੁੱਧਾ ਤੇ। ਲਾਰਡ ਬੁੱਧਾ ਜਿਹਦੇ ਕੋਲ ਇੰਨੀ ਧਨ ਦੌਲਤ ਸੀ, ਰਾਜੇ ਦਾ ਪੁੱਤਰ ਸੀ, ਰਾਜਕੁਮਾਰ ਸੀ, ਅੱਗੋਂ ਸਿੰਘਾਸਨ ਤੇ ਬੈਠਣ ਵਾਲਾ ਰਾਜਾ ਸੀ, ਪਰ ਉਸਨੇ ਆਪਣੀ ਮਨ ਦੀ ਸ਼ਾਂਤੀ ਵਾਸਤੇ ਉਹ ਸਾਰਾ ਕੁਛ ਛੱਡ ਦਿੱਤਾ ਜੀ। ਉਸਦੇ ਰਥਵਾਨ ਨੇ ਉਹਨੂੰ ਕਿਹਾ, ਚੰਨਾ ਉਸਦਾ ਨਾਂ ਸੀ, ਕਿ ਗੌਤਮ ਜਿਹੜਾ ਉਹਦਾ ਬਚਪਨ ਦਾ, ਇੱਕ ਵਾਰੀ ਫਿਰ ਦੇਖ ਲੈ ਇਸ ਝਲਕ ਨੂੰ ਦੇਖਣ ਵਾਸਤੇ, ਮਤਲਬ ਮਹਿਲ ਨੂੰ ਦੇਖਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ। ਤੇ ਉਸਨੇ ਜਵਾਬ ਦਿੱਤਾ, ਜਦੋਂ ਮਹਿਲ 'ਚ ਅੱਗ ਲੱਗੀ ਹੋਵੇ ਤਾਂ ਕੀ ਕਰੀਦਾ? ਉਸਨੇ ਕਿਹਾ, ਫਿਰ ਤਾਂ ਬਾਹਰ ਭੱਜੀਦਾ। ਕਹਿੰਦਾ, ਮੈਂ ਵੀ ਉਹੀ ਕਰ ਰਿਹਾ, ਮੇਰੇ ਅੰਦਰ ਅੱਗ ਲੱਗੀ ਹੋਈ। ਸੋ ਜਿਹੜਾ ਸਵਾਲ ਤੁਸੀਂ ਕੀਤਾ, ਮੈਂ ਉਸਦਾ ਇਹ ਜਵਾਬ ਦਿੱਤਾ ਹੈ ਕਿ ਉਸ ਜਗ੍ਹਾ ਤੇ ਜਦੋਂ ਤੁਹਾਡੇ ਮਨ ਦੇ ਵਿੱਚ ਕਿਸੇ ਦੀ ਮਦਦ ਕਰਨ ਦਾ ਧਿਆਨ ਆ ਜਾਏ, ਜਾਂ ਤੁਹਾਡਾ ਕੁਛ ਕਰਨ ਤੇ ਦਿਲ ਕਰੇ ਜਿਸ ਦੇ ਨਾਲ ਤੁਹਾਡੇ ਮਨ ਨੂੰ ਸਕੂਨ ਮਿਲੇ ਜੀ, ਤੁਹਾਡੀ ਆਤਮਾ, ਤੁਹਾਡੀ ਰੂਹ ਨੂੰ ਸ਼ਾਂਤੀ ਮਿਲੇ, ਤੇ ਉਸ ਕੰਮ ਕਰਨ ਚ ਬੜਾ ਆਨੰਦ ਆਉਂਦਾ। ਜਦੋਂ ਮੈਂ ਛੋਟੇ ਹੁੰਦੇ ਦੇਖਦੀ ਸੀ ਕਿ ਲੋਕ ਬਰਤਨ ਸਾਫ਼ ਕਰਨ ਆਉਂਦੀਆਂ, ਉਹਨਾਂ ਦੇ ਨਾਲ ਛੋਟੇ ਛੋਟੇ ਦੋ ਬੱਚੇ ਹੁੰਦੇ ਆ, ਪਰ ਇੱਕੋ ਹੀ ਦਿਮਾਗ 'ਚ ਹੁੰਦਾ ਸੀ, ਇਹਨਾਂ ਬੱਚੀਆਂ ਦਾ ਫਿਊਚਰ ਕੀ ਹੈ? ਸਾਡੇ ਮਾਂ ਬਾਪ ਸਾਨੂੰ ਪੜ੍ਹਾ ਰਹੇ ਨੇ, ਇਸੇ ਕਰਕੇ ਪੜ੍ਹਾ ਰਹੇ ਕਿ ਕਿਸੇ ਅੱਛੀ ਪੋਸਟ 'ਤੇ ਲੱਗ ਜਾਣ ਜਾਂ ਕੁਛ ਬਣ ਜਾਣ, ਅਤੇ ਇਹ ਸਾਰੀ ਉਮਰ ਇਹੀ ਕਰਦੇ ਰਹਿਣਗੇ। ਦਿਲ ਨੂੰ ਬੜਾ ਦਰਦ ਹੁੰਦਾ ਸੀ। ਪਿਤਾ ਹੀ ਹੈਡ ਮਾਸਟਰ ਸੀ, ਉਹਨਾਂ ਕੋਲ ਲੋਕ ਆਉਂਦੇ ਸੀ, ਤੁਹਾਨੂੰ ਪਤਾ ਕਿਸੇ ਟਾਈਮ ਦੇ ਵਿੱਚ ਟੀਚਰ ਵੀ ਇੱਕ ਜੱਜ ਹੀ ਹੁੰਦਾ ਸੀ ਜੀ, ਤੇ ਪਿਤਾ ਜਿਹੜਾ ਮਾਸਟਰ ਸੀ ਉਹਨਾਂ ਕੋਲ ਲੋਕ ਆਉਂਦੇ ਸੀ, ਮਾਂ ਕੋਲ ਆਉਂਦੇ ਸੀ, ਤੇ ਜਦੋਂ ਆਉਂਦੇ ਸੀ ਬੜਾ ਮੂੰਹ ਛੋਟਾ ਜਿਹਾ ਕਰਕੇ ਆਉਂਦੇ ਸੀ, ਪਰ ਜਦੋਂ ਜਾਂਦੇ ਸੀ ਨਾ ਉਦੋਂ ਹੱਸਦੇ ਜਾਂਦੇ ਸੀ। ਤੇ ਕਹਿੰਦੇ, ਬਚਪਨ ਦੀਆਂ ਗੱਲਾਂ ਤੁਹਾਨੂੰ ਸਭ ਤੋਂ ਜ਼ਿਆਦਾ ਯਾਦ ਰਹਿੰਦੀਆਂ ਜੀ, ਤੇ ਉਹ ਗੱਲਾਂ ਮੈਨੂੰ ਯਾਦ ਹੈ ਕਿ ਇਹਦਾ ਮਤਲਬ ਜਦੋਂ ਅਸੀਂ ਕਿਸੇ ਨੂੰ ਥੋੜ੍ਹਾ ਜਿਹਾ ਰਸਤਾ ਦਿਖਾਉਂਦੇ ਹਾਂ, ਥੋੜ੍ਹਾ ਜਿਹਾ ਸੁੱਖ ਦਿੰਦੇ ਹਾਂ, ਤੇ ਉਹਦੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਵ ਆ ਜਾਂਦਾ। ਬਿਲਕੁਲ, ਇਹ ਚੀਜ਼ਾਂ ਨਾਲ ਮੈਂ ਵੱਡੀ ਹੋਈ। ਪੜ੍ਹਨਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪੜ੍ਹਾਈ ਤੋਂ ਬਿਨਾਂ ਤੁਸੀਂ ਇਨਲਾਈਟਨਡ ਨਹੀਂ ਹੋ ਸਕਦੇ ਜੀ, ਤੁਸੀਂ ਇੰਪਾਵਰ ਨਹੀਂ ਹੋ ਸਕਦੇ, ਤੁਸੀਂ ਸੇਨ ਸ਼ੋਲਡਰ ਦੇ ਵਿਹੜੇ 'ਚ ਇੱਦਾਂ ਬੈਠ ਕੇ ਗੱਲਬਾਤ ਨਹੀਂ ਕਰ ਸਕਦੇ। ਬਿਲਕੁਲ ਨਹੀਂ, ਮੈਨੂੰ ਪਤਾ, ਮੈਂ ਤੁਹਾਡੇ ਬਾਰੇ ਪੜ੍ਹਿਆ ਔਰ ਮਤਲਬ ਜਾਣਿਆ ਵੀ ਕਿ ਤੁਸੀਂ
MA BEd ho ji ma ji us to baad tuhanda career tuhade kol si matlab 1975 de vich tusi main I did my MA hai na yes, MA kiti aur BEd us samay de vich inniyan degreeyan kol hon de bawajood tusi apne career nu tawajjo den di bajaye kam karan di bajaye ਤੁਸੀਂ ਇਸ ਲਾਈਨ ਵੱਲ ਆ ਗਏ ਜਿੱਥੇ ਪਤਾ ਸੀ ਕਿ ਹਾਂ ਇੱਥੋਂ ਮੈਨੂੰ ਕੋਈ ਪੈਸਾ ਨਹੀਂ ਮਿਲਣਾ, ਠੀਕ ਹੈ, ਕੋਈ ਕਮਾਈ ਨਹੀਂ ਹੋਣੀ। ਉਹਦਾ ਵੀ ਇੱਕ ਕਾਰਨ ਹੈ, ਕਹਿੰਦੇ ਕਿ ਤੁਹਾਡਾ ਪਿਤਾ, ਤੁਹਾਡਾ ਪਤੀ ਤੇ ਤੁਹਾਡਾ ਪੁੱਤਰ, ਇਹ ਚਾਰ ਪਾ ਹੁੰਦੇ ਆ। ਜੇ ਕਿਤੇ ਤੁਹਾਡੀ ਪਿੱਠ ਦੇ ਪਿੱਛੇ ਖੜੇ ਹੋ ਜਾਣ ਤੇ ਤੁਸੀਂ ਆਸਮਾਨ ਨੂੰ ਛੂ ਸਕਦੇ। ਕੀ ਬਾਤ ਹੈ। ਤੇ ਜੇ ਤੁਹਾਡੇ ਇਹ ਰੋੜਾ ਬਣ ਜਾਣ, ਕਈ ਵਾਰੀ ਬਾਪ ਬੱਚੀ ਦੀਆਂ ਖਾਹਿਸ਼ਾਂ ਨੂੰ ਮਾਰ ਕੇ ਪੜਾਣਾ ਤਾਂ ਇੱਕ ਚੀਜ਼ ਅਲੱਗ ਹੈ, ਕਿਸੇ ਇਹੋ ਜਿਹੇ ਨਾਲ ਵਿਆਹ ਕਰ ਦਿੰਦਾ ਜਿੱਥੇ ਉਹਦਾ ਪਤੀ ਉਹਦੇ ਵਾਸਤੇ ਰਾਕਸ਼ਸ ਬਣ ਜਾਂਦਾ, ਜਿੱਥੇ ਉਹ ਤੋਂ ਪੈਦਾ ਹੋਣ ਵਾਲੇ ਬੱਚੇ ਉਸਦੀ ਜ਼ਿੰਦਗੀ ਨਾਲ ਖੇਡ ਜਾਂਦੇ ਨੇ। ਇਹ ਤਿੰਨੇ ਚੀਜ਼ਾਂ ਜ਼ਿੰਦਗੀ ਦੇ ਵਿੱਚ ਬਹੁਤ ਮਾਇਨੇ ਰੱਖਦੀਆਂ ਅਤੇ ਇਹਨਾਂ ਤਿੰਨਾਂ ਨੇ ਮੇਰੀ ਜ਼ਿੰਦਗੀ 'ਚ ਬਹੁਤ ਮਾਇਨੇ ਰੱਖੇ। ਪਿਤਾ ਜੀ ਨੇ ਰਸਤਾ ਦਿਖਾਇਆ ਅਤੇ ਜਦੋਂ 77 'ਚ BEd ਕਰਨ ਤੋਂ ਬਾਅਦ ਐਜ਼ ਏ ਲੈਕਚਰਰ ਜੁਆਇਨ ਕੀਤਾ, 80 'ਚ ਮੈਰਿਜ ਹੋਈ ਜੀ, ਉਹ ਵੀ ਆਦਮੀ ਇੱਕ ਮਸੀਹਾ ਮਿਲਿਆ ਜਿਸ ਨੇ ਇਹ ਨਹੀਂ ਕਿਹਾ ਕਿ ਸਰਵਿਸ ਨਾ ਕਰੋ, ਉਹਨੇ ਕਿਹਾ ਸਰਵਿਸ ਕਰੋ ਜੇ ਤੁਹਾਡੀ ਮਰਜ਼ੀ ਹੈ, ਪਰ ਐਜੂਕੇਸ਼ਨ ਨੂੰ ਸਪਰੈਡ ਕਰੋ, ਲੋਕਾਂ ਵਾਸਤੇ ਕੁਛ ਕਰੋ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਕੀਤਾ ਅਤੇ ਅੱਜ ਤੁਸੀਂ ਪੜ੍ਹ ਸਕੇ ਜੀ। ਜਪਦਿਆਨੰਦ ਦੇਖੀਏ, ਵਿਵੇਕਾਨੰਦ ਦੇਖੀਏ, ਰਾਮਾਨੰਦ ਦੇਖੀਏ, ਤੇ ਅੱਜ ਉਹਨਾਂ ਕਰਕੇ ਅਸੀਂ ਪੜ੍ਹ ਸਕੇ। ਬਿਲਕੁਲ। ਤੇ ਜੇ ਤੁਸੀਂ ਲੋਕਾਂ ਨੂੰ ਜਾਗਰੂਕ ਕਰੋਗੇ, ਹੁਣ ਦੇਸ਼ ਤਾਂ ਆਜ਼ਾਦ ਹੈ ਪਰ ਅਜੇ ਤੱਕ ਬਹੁਤ ਸਾਰੇ ਇੱਦਾਂ ਦੇ ਕਾਨੂੰਨ ਹੈ ਜਿਨ੍ਹਾਂ ਬਾਰੇ ਬੱਚਿਆਂ ਨੂੰ ਪਤਾ ਹੀ। ਬਿਲਕੁਲ। ਤੁਸੀਂ ਝੁੱਗੀ ਝੌਂਪੜੀਆਂ ਜਾ ਚਲੇ ਜਾਓ, ਉਹਨਾਂ ਨੂੰ ਨਹੀਂ ਪਤਾ 26 ਜਨਵਰੀ ਕੀ ਹੈ, ਉਹਨਾਂ ਨੂੰ ਪਤਾ 15 ਅਗਸਤ ਕੀ ਹੈ। ਬਿਲਕੁਲ। ਤੇ ਫਿਰ ਇਸ ਦਾ ਪੜ੍ਹਾਈ ਦਾ ਕੀ ਫਾਇਦਾ। ਤੁਸੀਂ ਕੁਛ ਇੱਦਾਂ ਦਾ ਕੰਮ ਕਰੋ, ਇਹ ਚੀਜ਼ ਮੈਨੂੰ ਵੀ ਲੱਗਾ ਕਿ ਇਹ ਤਾਂ ਮੇਰੇ ਸੁਪਨਿਆਂ ਨੂੰ ਖੰਭ ਲਾ ਦਿੱਤੇ ਨੇ, ਸੱਚੀ ਉਹ ਖੰਭ ਲੱਗ ਗਏ ਤੇ ਅੱਜ ਮੈਂ ਉੱਡ ਰਹੇ ਹਾਂ। ਮੈਂ ਉੱਥੇ 4 ਸਾਲ ਮੈਨੂੰ ਸ਼੍ਰੀ ਹਰਿਮੰਦਰ ਜਗ੍ਹਾ ਹੈ ਬਟਾਲਾ ਤੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਉੱਥੇ ਇਸ ਤਰ੍ਹਾਂ ਦਾ ਪਿਛੜਿਆ ਇਲਾਕਾ ਸੀ ਜਿੱਥੇ ਵਾਕਈ ਕਿਤੇ ਇਸ ਤਰ੍ਹਾਂ ਦੀ ਪੜ੍ਹੀ ਲਿਖੀ ਔਰਤ ਮੈਨੂੰ ਸ਼ਾਇਦ ਉਹ ਇਸ ਕਰਕੇ ਉੱਥੇ ਭੇਜਿਆ ਸੀ, ਪਰਮਾਤਮਾ ਨੇ ਵਾਹਿਗੁਰੂ ਨੇ ਇਸ ਕਰਕੇ ਭੇਜਿਆ ਸੀ, ਉਹ ਵੀ ਗੁਰੂਆਂ ਦੀ ਜਗ੍ਹਾ ਹੈ। ਉੱਥੇ ਮੈਂ ਲੇਡੀਜ਼ ਨੂੰ ਅਡਲਟ ਐਜੂਕੇਸ਼ਨ ਦੇਣੀ ਸ਼ੁਰੂ ਕੀਤੀ, ਉਹਨਾਂ ਨੂੰ ਉਹਨਾਂ ਦੇ ਸਾਈਨ ਕਰਨੇ ਸਿਖਾਏ, ਬੱਚਿਆਂ ਨੂੰ ਫ੍ਰੀ ਪੜ੍ਹਾਉਣਾ ਸ਼ੁਰੂ ਕੀਤਾ, ਉਹਨਾਂ ਨੂੰ ਬੁਲਾ ਕੇ ਦੱਸਿਆ ਕਿ ਇਹਨਾਂ ਦੇ ਹੈਡ ਵਾਸ਼, ਉੱਥੇ ਕੋਈ ਬੱਚਾ ਦਾਤਨ ਮੰਜਨ ਵੀ ਨਹੀਂ ਸੀ ਕਰਦਾ, ਬ੍ਰਸ਼ ਵੀ ਨਹੀਂ ਸੀ ਕਰਦਾ। ਕਹਿੰਦੇ ਨਾ ਕਿ ਰੱਬ ਆਪ ਸਬੱਬ ਬਣਾਉਂਦਾ, ਸ਼ਾਇਦ ਬਿਲਕੁਲ ਰੱਬ ਹੀ ਚਾਹੁੰਦਾ ਸੀ ਕਿ ਤੁਸੀਂ ਉੱਥੇ ਜਾਓ, ਉੱਥੇ ਪਹੁੰਚੋ, ਤੁਹਾਨੂੰ ਉਹ ਹਾਲਾਤ ਦੇਖਣ ਨੂੰ ਮਿਲਣ ਤੇ ਤੁਹਾਡੇ ਹਸਬੈਂਡ ਦੇ ਨਾਲ ਨਾਲ ਉਹ ਜਗ੍ਹਾ ਵੀ ਤੁਹਾਨੂੰ ਮੋਟੀਵੇਟ ਕਰੇ। ਬਿਲਕੁਲ ਤੁਸੀਂ ਕੀ ਕਿਹਾ ਕਿ ਹਸਬੈਂਡ ਨੇ ਕੀਤਾ, ਉਸ ਹਾਲਾਤਾਂ ਨੇ ਵੀ ਮੈਨੂੰ ਮੋਟੀਵੇਟ ਕੀਤਾ, ਉਹ ਪਵਿੱਤਰ ਧਰਤੀ ਨੇ, ਮੈਨੂੰ ਏਦਾਂ ਲੱਗਦਾ ਸੀ ਉਹ ਕੋਈ ਚਾਹ ਰਿਹਾ ਕਿ ਇਹਨਾਂ ਵਾਸਤੇ ਕੁਛ ਕਰੂੰਗਾ, ਔਰ ਉੱਥੋਂ ਮੇਰਾ ਅਸਲ 'ਚ ਜੀਵਨ ਉੱਥੋਂ ਸ਼ੁਰੂ ਹੋਇਆ ਜੀ। ਫਿਰ ਕੁਛ ਦੇਰ ਬਾਅਦ ਹਾਲਾਤਾਂ ਕਰਕੇ ਸਾਨੂੰ 84 'ਚ ਆਉਣਾ ਪਿਆ, ਜਦੋਂ ਇੱਥੇ ਵੀ ਮੈਂ ਦੇਖਿਆ, ਹੁਣ ਮੇਰਾ ਮਨ ਪੜ੍ਹਾਈ ਵੱਲੇ ਪਰ ਮੈਂ ਲੋਕਾਂ ਨਾਲ ਟੱਚ ਸੀ, ਸਮਾਜ ਨਾਲ ਟੱਚ ਸੀ, ਕਿਸੇ ਦੇ ਦੁੱਖ 'ਚ, ਕਿਸੇ ਦੇ ਸੁੱਖ 'ਚ, ਈਵਨ ਮੇਰੇ ਕੋਲ ਬਹੁਤ ਸਾਰੇ ਬਜ਼ੁਰਗ ਆਉਂਦੇ ਸੀ ਆਪਣੇ ਘਰਾਂ ਦੀਆਂ ਪ੍ਰੋਬਲਮਸ ਲੈ ਕੇ। ਕਈਆਂ ਨੇ ਤਾਂ ਹਾਸੇ ਵਾਲੀ ਗੱਲ ਤੁਹਾਨੂੰ ਦੱਸਦੀ ਹਾਂ, ਕਹਿਣਾ ਕਿ ਰਾਤ ਨੂੰ ਸਾਡੀ ਨੂੰਹ ਜਿਹੜੀ ਹੈ ਸਟੋਵ ਉਹਦੇ 'ਚ ਲੋਕ ਚਲਾਉਂਦੇ ਸੀ, ਤੇਲ ਕੱਢ ਲੈਂਦੀ ਹੈ ਅਤੇ ਮੰਮੀ ਸਵੇਰੇ ਕਾਗਜ਼ ਬਾਲ ਕੇ ਚਾਹ ਬਣਾ ਲੈਂਦੀ ਹੈ, ਉਹਨਾਂ ਨੂੰ ਵੀ ਮੇਰੇ ਕੋਲ ਆ ਕੇ ਇੱਕ ਸੈਟਿਸਫੈਕਸ਼ਨ ਮਿਲਦੀ ਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਪਰਮਾਤਮਾ ਨੇ ਕੀ ਬਣਾਇਆ ਤੇ ਇਹਦਾ ਮਤਲਬ ਕਿ ਮੈਨੂੰ ਇਸੇ ਰਸਤੇ ਹੀ ਚੱਲਣਾ ਚਾਹੀਦਾ। ਫਿਰ ਮੈਂ ਜਲੰਧਰ ਆ ਕੇ ਇੱਕ ਆਪਣੀ
20-25 ਸਾਲ ਬੈਕ ਇੱਕ ਐਨ ਜੀ ਓ ਬਣਾਈ ਜਿਸ ਦਾ ਨਾਂ ਹੈ ਦਿਵਯ ਦ੍ਰਿਸ਼ਟੀ। ਉਸ ਦੇ ਨਾਲ ਨਾਲ ਕਰੋਨਾ ਦੇ ਟਾਈਮ ਦੇ ਵਿੱਚ ਅਸੀਂ ਬਹੁਤ ਕੰਮ ਕੀਤਾ, ਘਰ ਘਰ ਲੋਕਾਂ ਨੂੰ ਰੋਟੀ ਪਹੁੰਚਾਈ। ਔਰ ਉਸ ਦੇ ਨਾਲ ਮੇਰੀ ਬੇਟੀ ਜਿਹੜੀ ਕਹਿੰਦੀ ਹੁੰਦੀ ਸੀ ਕਦੀ ਕਿ ਮੰਮਾ ਤੁਸੀਂ ਬੜਾ ਸੋਸ਼ਲ ਵਰਕ ਕਰਦੇ ਹੋ ਥੋੜਾ ਘਰ, ਮੈਂ ਉਹਨੂੰ ਪੁੱਛਦੀ ਸੀ ਘਰ 'ਚ ਮੈਂ ਕਿਹੜੀ ਡਿਊਟੀ ਨਹੀਂ ਕਰਦੀ ਉਹ ਦੱਸੋ ਅਤੇ ਉਸ ਤੋਂ ਬਾਅਦ ਮੈਂ ਛੱਡ ਦੇਣੀ ਜੇ ਮੈਂ ਜ਼ਿਆਦਾ ਕਰ। ਔਰ ਉਸਨੇ ਮੇਰੇ ਤੋਂ ਮੋਟੀਵੇਟ ਹੋ ਕੇ, ਉਸਦਾ ਨਾਂ ਆਸਾ ਬਰੋਲ ਹੈ, ਔਰ ਉਸਨੇ ਇੱਕ ਯੂਨਾਈਟਿਡ ਕੁਈਨ ਕਲੱਬ ਬਣਾਇਆ ਡਿਊਰਿੰਗ ਕਰੋਨਾ ਜਿਸ ਦੇ ਵਿੱਚ ਇਸ ਵੇਲੇ ਲਗਭਗ 11,000 ਮੈਂਬਰ। ਉਸਦਾ ਮੇਨ ਵਰਕ ਕੀ ਹੈ, ਲੇਡੀਜ਼ ਨੂੰ ਕੋਈ ਨਾ ਕੋਈ ਨਏ ਟੇਲੈਂਟ ਨਾਲ ਉਹਨਾਂ ਦੇ ਹਿਡਨ ਜੋ ਅੰਦਰ ਹੈ ਹੁਨਰ ਹੈ ਉਹਨੂੰ ਬਾਹਰ ਕੱਢਣਾ। ਜਿਸ ਤਰ੍ਹਾਂ ਸਾਡੇ ਕੁਛ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਨੇ, ਕੋਈ ਕੰਪਿਊਟਰ ਸਿਖਾਉਂਦਾ ਹੈ ਫ੍ਰੀ, ਬੇਸਿਕ ਸਕਿੱਲਸ ਵਾਲੀਆਂ ਜਿਹੜੀਆਂ ਕੋਰਸਸ ਨੇ, ਆਪਣੇ ਆਪਣੇ ਜੋਗੇ ਹੋ ਜਾਓ। ਕੋਈ ਬੇਕਿੰਗ ਸਿਖਾਉਂਦਾ, ਕੋਈ ਕੇਕ ਬਣਾਉਣੇ ਸਿਖਾਉਂਦਾ, ਕੋਈ ਬੈਗਸ ਬਣਾਉਣੇ ਸਿਖਾਉਂਦਾ, ਅਲੱਗ ਅਲੱਗ ਡਿਫਰੈਂਟ, ਕੋਈ ਮਿਊਜ਼ਿਕ ਸਿਖਾਉਂਦਾ, ਕੋਈ ਸਿੰਗਿੰਗ ਸਿਖਾਉਂਦਾ। ਚੇਨ ਵਰਕ ਅਸੀਂ ਇੱਦਾਂ ਸਟਾਰਟ ਕੀਤਾ ਹੋਇਆ ਹੈ ਕਿ ਕੋਈ ਪਾਰਲਰ ਸਿਖਾਉਂਦਾ, ਉਹਦੇ ਵਿੱਚ ਅਸੀਂ ਉਹਨਾਂ ਨੂੰ ਚੇਨ ਵਾਈਜ਼ ਉੱਥੇ ਭੇਜਦੇ ਹਾਂ। ਬਹੁਤ ਅੱਛੀ ਗੱਲ ਹੈ ਐਟਲੀਸਟ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹੱਥ ਦੇ ਵਿੱਚ ਕੋਈ ਨਾ ਕੋਈ ਗੁਰ ਹੋਣਾ ਬਹੁਤ ਜ਼ਰੂਰੀ ਹੈ ਨਾ। ਔਰ ਉਹਦੇ ਲਈ ਇਹ ਵੀ ਜ਼ਰੂਰੀ ਹੈ ਕਿ ਸਾਨੂੰ ਰਾਹ ਵੀ ਪਤਾ ਹੋਵੇ ਕਿ ਅਸੀਂ ਜਾਣਾ ਕਿੱਥੇ ਅਤੇ ਸਿੱਖਣਾ ਕਿੱਥੋਂ ਆ। ਅਤੇ ਉਸ ਦੇ ਨਾਲ ਮੈਨੂੰ ਸਭ ਤੋਂ ਵੱਡੀ ਜਿਹੜੀ ਸੈਟਿਸਫੈਕਸ਼ਨ ਮਿਲੀ ਇਹ ਤਾਂ ਹੋ ਗਿਆ ਸੋਸ਼ਲ ਕੰਮ, ਇਹਨੂੰ ਆਪਾਂ ਸੋਸ਼ਲ ਕਹਿੰਦੇ ਹਾਂ ਕਿ ਕਿਸੇ ਵੇਲੇ ਕੋਈ ਐਸਾ ਪੇਸ਼ੈਂਟ ਹੈ ਕਿ ਜਿਹੜਾ ਆਪਣਾ ਨਹੀਂ ਕਰ ਸਕਦਾ ਖਰਚਾ, ਥੋੜ੍ਹਾ ਜਿਹਾ ਅਮਾਊਂਟ ਇਕੱਠਾ ਕਰਕੇ ਉਹਦਾ ਇਲਾਜ ਕਰਾ ਦਿੰਦੇ, ਕਿਸੇ ਗਰੀਬ ਬੇਟੀ ਦੀ ਸ਼ਾਦੀ ਕਰਨੀ ਹੈ, ਕਿਸੇ ਨੂੰ ਪੜ੍ਹਾਈ ਵਾਸਤੇ ਦੇਣਾ। ਮੇਰਾ ਸਭ ਤੋਂ ਵੱਡਾ ਜਿਹੜਾ ਮਿਸ਼ਨ ਹੈ ਉਹ ਜਾਂ ਐਨ ਜੀ ਓ ਦਾ ਹੈ, ਉਹ ਮੇਨ ਹੈ ਟੂ ਇੰਪਾਵਰ ਵੇਮੈਨ। ਔਰ ਵੇਮੈਨ ਐਜੂਕੇਸ਼ਨ ਤੋਂ ਬਿਨਾਂ ਇੰਪਾਵਰ ਨਹੀਂ ਹੋ ਸਕਦੀ, ਕਿਉਂਕਿ ਐਜੂਕੇਸ਼ਨ ਹੀ ਉਸਨੂੰ ਆਤਮ ਵਿਸ਼ਵਾਸ ਦਿੰਦੀ, ਆਤਮ ਨਿਰਭਰ ਬਣਾਉਂਦੀ ਹੈ ਕਿ ਉਹਦੀ ਕੋਈ ਆਇਡੈਂਟੀ ਹੋਣੀ ਚਾਹੀਦੀ ਜੀ। ਤੇ ਇਹ ਚੀਜ਼ਾਂ ਤੁਹਾਨੂੰ ਐਜੂਕੇਸ਼ਨ ਦਿੰਦੀ। ਅਸੀਂ ਆਪਣੀ ਐਨ ਜੀ ਓ ਨਾਲ ਮਿਲ ਕੇ ਅਸੀਂ ਕਿਸੇ ਵਾਸਤੇ ਕੋਈ ਫੀਸ ਨਹੀਂ ਰੱਖੀ ਹੋਈ, ਉਹਦੇ 'ਚ ਸਿਰਫ ਤੁਸੀਂ ਆਓ, ਇਹਨੂੰ ਦੇਖੋ, ਇੰਸਪਾਇਰ ਹੁੰਦੇ ਹੋ, ਮੋਟੀਵੇਟ ਹੁੰਦੇ ਹੋ, ਚੰਗੀ ਲੱਗਦੀ ਤੇ ਆਓ ਤੇ ਸਾਡੇ ਨਾਲ ਜੁੜੋ। ਆਪਣੀ ਹੱਥੀ ਸੋਚ ਲਓ ਕਿ ਇਹ ਦੋ ਬੱਚਿਆਂ ਦਾ ਖਰਚ ਮੈਂ ਦੇ ਦੂੰ, ਕਿਉਂਕਿ ਸੇਂਟ ਸੋਲਜਰ 'ਚ ਵੀ ਮੈਂ ਸੁਣਿਆ ਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਨੇ ਜਿਹੜੇ ਨਹੀਂ ਅਫੋਰਡ ਕਰਦੇ, ਉਹਨਾਂ ਨੂੰ ਵੱਲੋਂ ਜਾਂ ਆਪਣੀ ਮੈਨੇਜਮੈਂਟ ਵੱਲੋਂ ਪੜ੍ਹਾਇਆ ਜਾਂਦਾ, ਸਕਾਲਰਸ਼ਿਪ ਦਿੱਤੇ ਜਾਂਦੇ ਨੇ, ਉਹਨਾਂ ਨੂੰ ਫਰਦਰ ਸਟੱਡੀ ਵਾਸਤੇ ਵੀ ਮਦਦ ਕੀਤੀ ਜਾਂਦੀ। ਠੀਕ ਹੈ, ਇਸੇ ਤਰ੍ਹਾਂ ਅਸੀਂ ਵੀ ਜੋ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਹੁੰਦੀਆਂ ਉਸਨੂੰ ਕਰਦੇ ਹਾਂ। ਬਹੁਤ ਸਾਰੀ ਬੱਚੀਆਂ ਦੀ ਮੈਂ ਲਾਈਫ ਸੇਵ ਕਰਾਈ, ਜਿਹਦੇ 'ਚ ਮੈਨੂੰ ਇੱਕ ਵਾਰੀ ਆਪਣੇ ਫਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਹੈ ਉੱਥੇ ਵੀ ਬੁਲਾਇਆ ਗਿਆ ਸੀ ਕਿ ਤੁਸੀਂ ਪੁਲਿਸ ਨੂੰ ਦੱਸੋ। ਮੈਂ ਪੁੱਛਿਆ ਕਿ ਇੱਥੇ ਕਿਸ ਨੂੰ ਕੌਂਸਟੇਬਲ ਨੂੰ ਕਰਨਾ ਹੈ, ਕਿਸ ਨੂੰ ਅਰੈਸਟ ਕਰਨਾ। ਉਹਨਾਂ ਕਿਹਾ ਸੀ ਏ ਸੀ ਪੀ ਇਜ਼ ਦਾ ਲੋਐਸਟ ਹੈ। ਮੈਂ ਬੜੀ ਖੁਸ਼ਕਿਸਮਤ ਹਾਂ, ਬੜੀ ਆਪਣੇ ਮਾਂ ਬਾਪ ਦਾ, ਆਪਣੇ ਹਸਬੈਂਡ ਦਾ ਔਰ ਆਪਣੇ ਸਮਾਜ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਔਰ ਮੈਂ ਉਹਨਾਂ ਨੂੰ ਫੇਸ ਕਰਕੇ ਆਪਣੇ ਐਕਸਪੀਰੀਅੰਸਿਸ ਉਹਨਾਂ ਨਾਲ ਸ਼ੇਅਰ ਕੀਤੇ ਆਈ ਪੀ ਐੱਸ ਔਫਿਸਰਸ ਨਾਲ ਕਿ ਤੁਸੀਂ ਇੱਦਾਂ ਡੀਲ ਕਰਨਾ ਸਮਾਜ ਦੇ ਵਿੱਚ। ਜਦੋਂ ਕਿਸੇ ਨੂੰ ਤਕਲੀਫ ਹੁੰਦੀ ਹੈ, ਜਦੋਂ ਉਹਨੂੰ ਥੋੜ੍ਹਾ ਜਿਹਾ ਦਰਦ ਭਰਿਆ ਹੱਥ ਮਿਲ ਜਾਂਦਾ, ਉਹਦੀ ਤਕਲੀਫ ਬਹੁਤ ਦੂਰ ਹੋ ਜਾਂਦੀ। ਬਿਲਕੁਲ, ਅਤੇ ਜੇ ਤੁਸੀਂ ਉਹਨੂੰ ਤਕਲੀਫ ਵਾਲੇ ਨੂੰ ਹੋਰ ਡਰਾਉਂਦੇ ਹੋ, ਧਮਕਾਉਂਦੇ ਹੋ, ਤਾਂ ਉਹਦਾ ਦਿਲ ਟੁੱਟ ਜਾਂਦਾ, ਉਹਦਾ ਮਨੋਬਲ ਹੀ ਖਤਮ ਹੋ ਜਾਂਦਾ। ਔਰ ਉਹ ਕਿਸੇ ਨੂੰ ਡਰਦਾ ਦੱਸਦਾ ਵੀ ਨਹੀਂ ਕਿ ਮੈਨੂੰ ਤਕਲੀਫ ਕੀ ਹੈ। ਔਰ ਇਹਦੇ ਨਾਲ ਮੈਂਟਲੀ ਉਸ ਬੰਦੇ ਦੀ ਬਹੁਤ ਹਰਾਸਮੈਂਟ ਹੁੰਦੀ ਹੈ, ਕਿਉਂਕਿ ਉਹਦੇ ਕੋਲ ਕੋਈ ਹੀਲਾ ਜਾਂ ਕਹਿ ਲਓ ਕਿ ਕੋਈ ਰਾਹ ਹੀ ਨਹੀਂ ਹੁੰਦਾ ਕਿ ਕਿੱਥੇ ਜਾ ਕੇ ਆਪਣਾ ਦਿਲ ਫਰੋਲੇ, ਦਰਦ ਫਰੋਲੇ।
ਇੱਥੇ ਮੈਂ ਜਸਪ੍ਰੀਤ ਦੱਸਣਾ ਚਾਹਾਂਗੀ ਕਿ ਮੈਂ ਹਾਲਾਤਾਂ ਨੂੰ ਦੇਖਦਿਆਂ ਹੋਇਆਂ, ਜਿਸ ਤਰ੍ਹਾਂ ਮਹਿਲਾ ਥਾਣਾ ਬਹੁਤ ਕੰਮ ਕੀਤਾ ਹੈ, ਸਾਂਝ ਕੇਂਦਰ 'ਚ ਕੀਤਾ ਹੈ, ਲੋਕ ਅਦਾਲਤ 'ਚ ਕੀਤਾ ਹੈ, ਕਾਫੀ ਐਕਸਪੀਰੀਅੰਸ ਕੋਲ, ਮੈਂ ਆਪਣਾ ਜਲੰਧਰ ਵਿੱਚ ਜੀ ਇੱਕ ਫ੍ਰੀ ਫੈਮਿਲੀ ਕੌਂਸਲਿੰਗ ਸੈਂਟਰ ਵੀ ਖੋਲ੍ਹਿਆ, ਜਿਸ ਨੂੰ ਵੀ ਲੋੜ ਹੋਵੇ ਉਹ ਮੇਰੇ ਕੋਲ ਆ ਕੇ 9878244994 'ਤੇ ਟਾਈਮ ਲੈ ਕੇ ਆਪਣੀ ਪ੍ਰੋਬਲਮ ਦੱਸ ਸਕਦੇ। ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਪਹਿਲੇ ਅਸੀਂ ਦੱਸਦੇ ਹਾਂ ਵੀ ਇਹ ਪ੍ਰੋਬਲਮਸ ਹੁੰਦੀ ਕੀ ਹੈ, ਕਿ ਇਹ ਸੈਕਸੁਅਲ ਹਰਾਸਮੈਂਟ ਐਟ ਵਰਕ ਪਲੇਸ ਦੀ ਹੈ। ਕਿਸੇ ਬੈਂਕ ਤੋਂ ਮੈਨੂੰ ਫੋਨ ਆਇਆ ਕਿ ਮੇਰੇ ਨਾਲ ਇਸ ਤਰ੍ਹਾਂ ਮੈਨੇਜਰ ਨੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੈਨੂੰ ਕਹਿ ਰਹੀ ਹੈ ਕਿ ਸ਼ਿਕਾਇਤ ਤੁਸੀਂ ਕਰੋ। ਮੈਂ ਕਿਹਾ ਜਿਹੜਾ ਵਿਕਟਮ ਹੈ ਸ਼ਿਕਾਇਤ ਤਾਂ ਉਹ ਕਰੇਗਾ, ਹਾਂਜੀ, ਵੀ ਕੈਨ ਹੈਲਪ, ਵੀ ਕੈਨ ਗਾਈਡ, ਯੈਸ। ਉਹਦਾ ਕਾਰਨ ਕੀ ਹੈ, ਲੋਕਾਂ ਨੂੰ ਇਹ ਦੱਸਣਾ ਪਏਗਾ ਵੀ ਤੁਸੀਂ ਉੱਠੋਗੇ ਤਾਂ ਤੁਹਾਡੇ ਨਾਲ ਚਾਰ ਬੰਦੇ ਉੱਠਣਗੇ, ਜੇ ਤੁਸੀਂ ਕਹੋਗੇ ਕਿ ਅਸੀਂ ਤਾਂ ਸਾਹਮਣੇ ਨਹੀਂ ਆਉਣਾ, ਇਸ ਤਰ੍ਹਾਂ ਲੋਕਾਂ ਨੂੰ ਗਾਈਡ ਕਰਨਾ ਪੈਂਦਾ। ਫਿਰ ਕੀ ਹੁੰਦਾ, ਛੋਟੇ ਬੱਚਿਆਂ ਲਈ ਪੋਕਸੋ ਐਕਟ ਬਣਿਆ। ਕਿਹੜਾ? ਪੋਕਸੋ ਐਕਟ। ਓਕੇ, ਹਾਂ, ਜਿਹੜੇ ਕਿ 10 ਸਾਲ ਤੋਂ ਖਾਸ ਕਰਕੇ ਛੋਟੀਆਂ ਬੱਚੀਆਂ ਨੇ, ਜੇ ਉਹਨਾਂ ਨਾਲ ਕੋਈ ਹੁੰਦਾ ਤੇ ਹੋ ਸਕਦਾ ਕਿ ਉਸ ਬੰਦੇ ਦੀ ਕਦੀ ਜ਼ਮਾਨਤ ਵੀ ਨਹੀਂ ਹੁੰਦੀ, ਉਹਨੂੰ ਬੇਲ ਵੀ ਨਹੀਂ ਮਿਲਦੀ। ਓਕੇ, ਪੋਕਸੋ ਦੀ ਫੁੱਲ ਫਾਰਮ ਹੈ ਕੋਈ ਕਿ? ਪੋਕਸੋ ਐਕਟ ਹੀ ਹੈ, ਇਹਨੂੰ ਵੈਸੇ ਪ੍ਰੋਟੈਕਸ਼ਨ ਚਾਈਲਡ ਐਕਟ ਕਹਿੰਦੇ, ਪਰ ਇਹ ਇਹਨੂੰ ਪੋਕਸੋ ਪੂਰਾ ਕਹਿੰਦੇ। ਤੁਸੀਂ ਗੂਗਲ ਕਰੋਗੇ ਤੁਹਾਨੂੰ ਉਹਦੇ ਬਾਰੇ ਡਿਟੇਲ ਪਤਾ। ਠੀਕ ਹੈ, ਮੈਂ ਇਹਦੇ ਬਾਰੇ ਤੁਹਾਨੂੰ ਲੇਟੈਸਟ ਦੱਸਣ ਲੱਗੀ ਹਾਂ ਕਿ ਮੈਂ ਇਹ ਮੇਰੇ ਖਿਆਲ 20 ਦਿਨ ਦੀ ਗੱਲ ਹੋਣੀ ਜੀ, ਮੈਂ ਆਊਟ ਆਫ ਸਿਟੀ ਸੀ ਤੇ ਮੈਨੂੰ ਫੋਨ ਆਇਆ ਕਿ 4 ਸਾਲ ਦੀ ਬੱਚੀ ਨਾਲ ਇੱਕ 20-22 ਸਾਲ ਦੇ ਆਦਮੀ ਨੇ ਗਲਤ ਕੰਮ ਕੀਤਾ। ਹੁਣ ਤੁਸੀਂ ਦੇਖੋ, ਇੱਕ ਮਾਂ ਆਪਣੀ ਰੋਟੀ ਕਮਾਉਣ ਵਾਸਤੇ ਬਾਹਰ ਗਈ ਹੈ, ਉਹਦੀ ਬੱਚੀ ਨਾਲ ਇਹ ਹੋ ਰਿਹਾ, ਉਹਦੇ ਨਾਲ ਸਮਾਜ ਨਹੀਂ, ਉਹਨੂੰ ਪਤਾ ਹੀ ਨਹੀਂ ਕੀ ਕਰਨਾ। ਤੇ ਜਦੋਂ ਤੁਸੀਂ ਉਹਦੇ ਨਾਲ ਖਲੋਂਦੇ ਹੋ ਜਾਂ ਉਹਨੂੰ ਗਾਈਡ ਕਰਦੇ ਹੋ ਜਾਂ ਉਹਨੂੰ ਇਨਸਾਫ਼ ਦਵਾਉਂਦੇ ਹੋ, ਤੇ ਤੁਸੀਂ ਤਦ ਸਮਾਜ ਦਾ ਇੱਕ ਹਿੱਸਾ ਬਣਦੇ ਹੋ। ਬਿਲਕੁਲ, ਔਰ ਉਸ ਲੇਡੀ ਦੇ ਦਿਲ ਚੋਂ ਕਿੰਨੀਆਂ ਦੁਆਵਾਂ ਨਿਕਲਦੀਆਂ ਹੋਣਗੀਆਂ। ਪਰ ਇੱਕ ਚੀਜ਼ ਹੋਰ ਦੱਸਾਂਗੇ, ਅੱਜ ਪੁਲਿਸ ਉਹ ਪੁਲਿਸ ਨਹੀਂ ਰਹਿ ਗਈ ਪਹਿਲੇ ਵਾਰੀ ਜਿੱਥੋਂ ਆਪਾਂ ਇੱਕ ਡਰਦੇ ਹੁੰਦੇ ਸੀ ਕਿ ਬਾਹਰ ਨਹੀਂ ਜਾਣਾ, ਬਾਹਰ ਪੁਲਿਸ ਵਾਲੇ ਆਏ। ਹਾਂਜੀ, ਅੱਜ ਪੁਲਿਸ ਬਹੁਤ ਫਰੈਂਡਲੀ ਹੈ, ਤੁਸੀਂ ਉਹਨਾਂ ਕੋਲ ਗੱਲ ਕਰੋ ਜਾ ਕੇ, ਤੁਹਾਡੇ ਨਾਲ ਬਹੁਤ ਅੱਛੀ ਤਰ੍ਹਾਂ ਤੁਹਾਡੀ ਪ੍ਰੋਬਲਮ ਨੂੰ ਸਮਝਣਗੇ, ਸੁਣਨ ਤੋਂ ਬਾਅਦ ਉਹ ਤੁਹਾਡੇ ਨਾਲ ਪੂਰੀ ਹੈਲਪ ਕਰਨਗੇ। ਇਸ ਕਰਕੇ ਜਿਹੜੇ ਵੀ ਸੁਣ ਰਹੇ ਨੇ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਕਿ ਜੇ ਘਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਨਹੀਂ ਕਿਸੇ ਦੀ ਮਦਦ ਕਰ ਸਕਦੇ, ਸਾਹਮਣੇ ਨਹੀਂ ਕਰ ਸਕਦੇ, ਤੇ ਤੁਸੀਂ 181 ਤੇ, ਇਹ ਟੋਲ ਫ੍ਰੀ ਹੈ। ਓਕੇ, ਤੁਹਾਨੂੰ ਕੋਈ ਲੋਕੇਸ਼ਨ ਨਹੀਂ ਦੱਸਣ ਦੀ ਲੋੜ ਕਿ ਤੁਸੀਂ ਕਿੱਥੋਂ ਬੋਲ ਰਹੇ ਹੋ, ਤੁਸੀਂ ਇਹ ਦੱਸੋ, ਉਹ ਆਪੇ ਲੋਕੇਟ ਕਰਕੇ ਤੁਹਾਡੇ ਕੋਲ ਆਉਣਗੇ। ਕਈ ਵਾਰੀ ਜਿਸ ਤਰ੍ਹਾਂ ਬੱਚੀ ਦੀ ਪ੍ਰੋਬਲਮ ਹੋਈ ਹੈ, ਇਹ ਬੱਚੀ ਨੂੰ ਉੱਥੇ ਨਹੀਂ ਜਾਣਾ ਪਏਗਾ ਜੀ, ਉੱਥੇ ਲੇਡੀ ਪੁਲਿਸ ਜਿਹੜੀ ਹੈ ਉਹ ਤੁਹਾਡੇ ਕਰਕੇ ਉਸ ਬੱਚੀ ਦੇ ਬਿਆਨ ਲੈਣਗੇ। ਔਰ ਕੇਸ ਰਜਿਸਟਰਡ ਹੋਇਆ, ਉਸ ਬੱਚੀ ਨੇ ਜੱਜ ਸਾਹਿਬ ਸਾਹਮਣੇ ਵੀ ਬਿਆਨ ਦਿੱਤੇ ਉਸ ਆਦਮੀ ਨੂੰ, ਅੱਜ ਕੱਲ੍ਹ ਅੰਦਰ ਹੈ। ਸੋ ਜੇ ਆਪਾਂ ਕਿਸੇ ਨੂੰ ਦੱਸਾਂਗੇ ਨਹੀਂ ਔਰ ਉਹ ਆਪਣੀ ਆਵਾਜ਼ ਨਹੀਂ ਉਠਾਏਗਾ, ਤੇ ਦੇਖੋ ਜਿਹੜਾ ਆਪਣਾ ਦੂਸਰਾ ਹੈ ਅਪਰਾਧੀ ਹੈ, ਉਹਦੇ ਹੌਸਲੇ ਤਾਂ ਹੋਰ ਬੁਲੰਦ ਹੋਣਗੇ। ਉਹਨੂੰ ਅੱਜ ਸਜ਼ਾ ਨਹੀਂ ਮਿਲੂਗੀ, ਉਹ ਕੱਲ ਹੋਰ ਕਿੰਨਿਆਂ ਦੇ ਨਾਲ ਜਾ ਕੇ ਗਲਤ, ਕਿੰਨਿਆਂ ਦੀ ਜ਼ਿੰਦਗੀ ਨੂੰ ਤਬਾਹ ਕਰ ਸਕਦਾ। ਪਰ ਜੇ ਉਹਨੂੰ ਇੱਕ ਨੂੰ ਸਬਕ ਮਿਲੇਗਾ ਤੇ ਹੋ ਸਕਦਾ ਉਹ ਤੋਂ ਬਹੁਤ ਸਾਰੇ ਲੋਕ ਸਬਕ ਲੈ ਸਕਦੇ। ਇਸ ਕਰਕੇ ਮੇਰੀ ਇੱਕ ਮੋਰਲ ਡਿਊਟੀ ਕਹਿ ਲਓ ਜਾਂ ਮੇਰੀ ਇੱਕ ਅੰਦਰ ਦੀ ਜਿਹੜੀ ਸਭ ਤੋਂ ਵੱਡੀ ਹੈ, ਲੋਕ ਵਿਆਹਾਂ ਬਾਰੇ ਸੋਚਦੇ, ਲੋਕ ਫੰਕਸ਼ਨਾਂ ਬਾਰੇ ਸੋਚਦੇ, ਪਰ ਵੀਨ ਅਬਰੋਲ ਨੂੰ ਇੱਕੋ ਹੈ ਕਿ ਮੈਂ ਸਮਾਜ ਵਾਸਤੇ ਕੀ ਕਰਨਾ, ਮੈਂ ਕੀ ਕਰ ਸਕਦੀ ਹਾਂ। ਕਿਉਂਕਿ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਰੋਟੀ ਕੱਪੜਾ ਔਰ ਮਕਾਨ ਤੋਂ ਬਾਅਦ ਜੇ ਕੋਈ ਆਦਮੀ ਦੀ ਚੌਥੀ ਜ਼ਰੂਰਤ ਹੈ, ਦੈਟ ਇਜ਼ ਐਜੂਕੇਸ਼ਨ। ਐਜੂਕੇਸ਼ਨ, ਤੁਸੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਦਸਵੰਧ ਕੱਢੋ, ਉਹ ਕਿਉਂ ਕਿਹਾ ਸੀ? ਉਹਨਾਂ ਨੇ ਕਿਹਾ ਸੀ, ਉਹਨਾਂ ਨੂੰ ਪਤਾ ਸੀ ਕਿ ਸਾਡਾ ਜਿਹੜਾ ਸਮਾਜ ਹੈ ਕਦੀ ਇੱਕ ਜੈਸਾ ਨਹੀਂ ਰਹੇਗਾ, ਇਹਦੇ ਵਿੱਚ ਉਹ ਜਿਹੜਾ
ਅਮੀਰ ਗਰੀਬ ਦਾ ਜਿਹੜਾ ਫਰਕ ਰਹਿਣਾ ਹੀ ਰਹਿਣਾ, ਤੇ ਉਸ ਗਰੀਬ ਨੂੰ ਮਦਦ ਕਰਨ ਵਾਸਤੇ ਮਿਡਲ ਕਲਾਸ ਹੀ ਅੱਗੇ ਆਏਗੀ, ਅਮੀਰ ਨਹੀਂ ਆਣਗੇ। ਜਿਹੜੀ ਮਿਡਲ ਕਲਾਸ ਹੈ ਉਹ ਸਮਝਦੀ ਹੈ ਕਿ ਇੱਥੋਂ ਮੈਂ ਕਿੱਦਾਂ ਪਹੁੰਚੇ, ਤੇ ਉਹਨੂੰ ਦਸਵੰਧ ਕਰਨ ਲਈ ਇਸ ਤਰ੍ਹਾਂ ਹੀ ਕਿਹਾ ਸੀ ਕਿ ਆਪਾਂ ਦੂਜਿਆਂ ਦੀ ਮਦਦ ਕਰੀਏ। ਤੇ ਜੇ ਆਪਾਂ ਆਪਣੇ ਦਸਵੰਧ ਦੇ ਵਿੱਚੋਂ ਕੁਛ ਬੱਚੀਆਂ ਪੜਾ ਜਾਈਏ, ਕੁਛ ਦੀ ਜ਼ਿੰਦਗੀ ਸਵਾਰ ਜਾਈਏ, ਤੇ ਤੁਸੀਂ ਦੇਖੋ ਕਿ ਅੱਗੇ ਜਾ ਕੇ ਕਹਿੰਦੇ ਨਾ ਕਿ ਇਹ ਚੀਜ਼ਾਂ ਸਾਡੇ ਨਾਲ ਜਾਂਦੀਆਂ ਨੇ। ਅੱਜ ਜੇ ਤੁਸੀਂ ਮੈਨੂੰ ਬੁਲਾਇਆ, ਮੈਨੂੰ ਇੱਕ ਹਾਊਸ ਵਾਈਫ ਕਰਕੇ, ਇੱਕ ਆਮ ਔਰਤ ਕਰਕੇ ਨਹੀਂ ਬੁਲਾਇਆ, ਮੈਨੂੰ ਇੱਕ ਸਮਾਜ ਸੇਵਿਕਾ ਕਰਕੇ। ਜੀ ਬਿਲਕੁਲ, ਇਹਦਾ ਮਤਲਬ ਕੁਛ ਕਰਨ ਨਾਲ ਅਸੀਂ ਤੁਹਾਡੇ ਵਰਗਿਆਂ ਦੇ ਸਾਹਮਣੇ ਬੈਠ ਸਕ ਰਹੇ ਹਾਂ, ਤੇ ਇਹ ਹੈ ਸਮਾਜ ਸੇਵਾ ਦਾ ਤੁਹਾਨੂੰ ਦਿੱਤਾ ਹੋਇਆ ਇੱਕ ਬਲੈਸਿੰਗ। ਔਰ ਇਸ ਦੇ ਨਾਲ ਹੀ ਮੈਂ ਵੀ ਪੁੱਛਾਂਗੀ ਕਿ ਤੁਹਾਡੇ ਕੋਲ ਜਦੋਂ ਤੁਸੀਂ ਚਾਈਲਡ ਸੈਕਸ਼ੂਅਲ ਅਬਿਊਜ਼ ਦੀ ਗੱਲ ਕੀਤੀ ਹੈ ਨਾ, ਉਸ ਤੋਂ ਇਲਾਵਾ ਵਰਕ ਪਲੇਸ ਤੇ ਸੈਕਸ਼ੂਅਲ ਹਰਾਸਮੈਂਟ ਹੁੰਦੀ ਆ, ਉਹ ਤੁਹਾਡੇ ਕੋਲ ਕੇਸਿਸ ਆਉਂਦੇ ਨੇ, ਡੋਮੈਸਟਿਕ ਵਾਇਲੈਂਸ ਦੇ ਕੇਸਿਸ ਆਉਂਦੇ ਨੇ, ਔਰ ਪਹਿਲਾਂ ਇੱਦਾਂ ਦਾ ਕਿਹੜਾ ਕੇਸ ਸੀ ਜਿਹੜਾ ਤੁਹਾਡੇ ਕੋਲ ਆਇਆ ਸੀ ਔਰ ਤੁਹਾਨੂੰ ਲੱਗਿਆ ਕਿ ਨਹੀਂ ਹੁਣ ਮੈਂ ਆਸ ਪਾਸ ਦੇ ਲੋਕਾਂ ਦੇ ਨਾਲੋਂ ਖੁੱਲ੍ਹ ਕੇ ਸੁਸਾਇਟੀ ਦੇ ਵਿੱਚ ਜਾਣਾ ਆ ਔਰ ਪੁਲਿਸ ਤੱਕ ਦਾ ਵੀ ਸਾਥ ਮੈਨੂੰ ਚਾਹੀਦਾ ਆ? ਇਸ ਤਰ੍ਹਾਂ ਹੈ ਕਿ ਜੇ ਤੁਸੀਂ ਇਹ ਕੁਐਸਚਨ ਕੀਤਾ, ਮੇਰੇ ਕੋਲ ਹਰ ਕੈਟਾਗਰੀ ਦੇ ਅਲੱਗ ਅਲੱਗ ਆਏ। ਜੀ, ਜਿਸ ਤਰ੍ਹਾਂ ਤੁਸੀਂ ਡੋਮੈਸਟਿਕ ਵਾਇਲੈਂਸ ਦਾ ਕਹਿੰਦੇ ਹੋ, ਘਰ ਦੇ ਡੋਮੈਸਟਿਕ ਵਾਇਲੈਂਸ ਦੀ ਕਿਸੇ ਨੂੰ ਡੈਫੀਨੇਸ਼ਨ ਹੀ ਨਹੀਂ ਪਤਾ। ਬਹੁਤ ਸਾਰੇ ਲੋਕ ਕੋਈ ਤਾਂ ਸਮਝਦੇ ਸਿਰਫ ਕੁੱਟ ਮਾਰੀ ਡੋਮੈਸਟਿਕ ਵਾਇਲੈਂਸ, ਡੋਮੈਸਟਿਕ ਵਾਇਲੈਂਸ ਹਰ ਹੈ ਕੋਈ ਤੁਹਾਨੂੰ ਮੈਂਟਲੀ ਟੋਰਚਰ ਕਰਦਾ। ਜੀ, ਤੁਹਾਡੇ ਹਸਬੈਂਡ ਘਰ ਹੈ, ਕੋਈ ਕੁਛ ਨਹੀਂ ਬੋਲ ਰਿਹਾ, ਉਹ ਬਾਹਰ ਗਏ ਆ, ਤੁਹਾਡੇ ਅੱਗੋਂ ਰੋਟੀ ਪਈ ਵੀ ਚੁੱਕੀ ਜਾਂਦੀ ਹੈ, ਕਿਆ ਕੁਛ ਨਹੀਂ, ਇਹ ਤੁਹਾਨੂੰ ਕਿੰਨਾ ਕੁ ਡਿਸਟਰਬ ਕਰਦੀ ਹੈ। ਤੁਹਾਨੂੰ ਬਾਰ ਬਾਰ ਤੁਹਾਡੇ ਪੇਰੈਂਟਸ ਬਾਰੇ ਬਾਰ ਬਾਰ ਡਿਸਟਰਬ ਕੀਤਾ ਜਾ ਰਿਹਾ, ਕਿਸੇ ਸਾਹਮਣੇ ਨਹੀਂ ਬੋਲਿਆ ਜਾ ਰਿਹਾ। ਬਹੁਤ ਸਾਰੇ ਲੋਕ ਮੈਂ ਇਸ ਤਰ੍ਹਾਂ ਦੇ ਦੇਖਦੀ ਹਾਂ ਕਿ ਕਿਸੇ ਸਾਹਮਣੇ ਬਹੁਤ ਅੱਛਾ ਡਰਾਮਾ ਕਰ ਲੈਂਦੇ ਆ, ਜੇ ਅਸੀਂ ਤਾਂ ਬਹੂ ਲਈ ਆਹ ਕਰਦੇ, ਜੇ ਅਸੀਂ ਆਹ ਕਰਦੇ, ਤੇ ਉਹ ਬਹੂ ਵੀ ਹੈਰਾਨ ਹੋ ਰਹੀ ਕਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਮੇਰੇ ਨਾਲ ਦੇ ਘਰ ਦੇ ਵਿੱਚ ਇੱਦਾਂ ਕੁਛ ਹੁੰਦਾ ਆ। ਮਤਲਬ ਡਾਇਰੈਕਟਲੀ ਨਹੀਂ ਬੋਲਣਾ, ਪਰ ਕਹਿੰਦੇ ਨਾ ਟੌਂਟਸ ਮਾਰਨੀ ਆ, ਤਾਨੇ ਜੇ ਦੇਣੇ ਔਰ ਇਨਡਾਇਰੈਕਟ ਵੇ ਦੇ ਵਿੱਚ ਦੇਣੇ, ਸਮਝੇ ਮੇਰੀ ਗੱਲ? ਮਤਲਬ ਬਹੁਤ ਸਾਰੇ ਲੋਕ ਮਿਲਦੇ ਆ ਸੋਸਾਇਟੀ ਦੇ ਵਿੱਚ ਇੱਦਾਂ ਦੇ ਜਿਹੜੇ ਅੱਗੇ ਕਹਿੰਦੇ ਆ ਕਿ ਸਾਨੂੰ ਮਤਲਬ ਬਾਹਰ ਅਸੀਂ ਬਹੁਤ ਚੰਗੇ ਆ, ਸਾਡੀ ਫੈਮਿਲੀ ਆ, ਅਸੀਂ ਬਹੁਤ ਪਿਆਰ ਨਾਲ ਰਹਿੰਦੇ ਆ, ਪਰ ਅੰਦਰ ਹੀ ਅੰਦਰ ਜਦੋਂ ਅਸੀਂ ਇੱਕ ਦੂਜੇ ਨੂੰ ਕੁਰੇਦੇ ਆ ਜਾਂ ਟੌਂਟਾਂ ਮਾਰਦੇ ਆ, ਉਹ ਜਿਹੜੀ ਮੈਂਟਲ ਹਰਾਸਮੈਂਟ ਹੁੰਦੀ ਆ, ਉਹ ਲੜਕੀ ਸਮਝ ਨਹੀਂ ਪਾ ਰਹੀ ਕਿ ਮੈਂ ਇਹਦੇ ਕਿਹੜੇ ਰੂਪ ਨਾਲ ਚੱਲਾਂ। ਜੀ, ਹੁਣ ਸਪੋਜ਼ ਤੁਹਾਡੇ ਪੇਕੇ ਹੀ ਆਉਂਦੇ ਆ, ਉਹਨਾਂ ਸਾਹਮਣੇ ਏਦਾਂ ਕਰਦੇ, ਤੂੰ ਕਹਿੰਦੇ ਤੂੰ ਗਲਤ ਹੈ, ਤੇਰੀ ਸੱਸ ਤਾਂ ਐਡੀ ਚੰਗੀ। ਇਹ ਜਿਹੜੇ ਕਈ ਰੂਪ ਲੈ ਕੇ ਚੱਲਣਾ, ਇਹ ਮੈਂਟਲ ਟੋਰਚਰ ਕਰਨਾ ਵੀ ਡੋਮੈਸਟਿਕ ਵਾਇਲੈਂਸ। ਜੀ, ਮਾਰਨਾ, ਕੁੱਟਣਾ, ਮਿਹਨਾ ਦੇਣਾ, ਘੂਰ ਕੇ ਦੇਖਣਾ, ਕਈ ਵਾਰੀ ਤੁਸੀਂ ਦੇਖੋ ਕੋਈ ਇਸ ਤਰ੍ਹਾਂ ਦੇਖ ਕੇ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਮੈਂ ਕੀਤਾ ਕੀ ਹੈ। ਇਹ ਚੀਜ਼ਾਂ ਇਸ ਤਰ੍ਹਾਂ ਦੀਆਂ, ਇਸ ਤਰ੍ਹਾਂ ਦੇ ਮਹਿਲਾ ਥਾਣਾ 'ਚ ਬਹੁਤ ਕੇਸਿਸ ਆਉਂਦੇ ਆ, ਔਰ ਬਹੁਤ ਸਾਰੇ ਅਸੀਂ ਮਤਲਬ ਸੈਟਲ ਵੀ ਕੀਤੇ। ਇੱਕ ਚੱਕਰ ਪਤਾ ਕੀ ਹੈ, ਸਾਡੇ ਪੰਜਾਬੀ 'ਚ ਕਹਿ ਲਓ ਜਾਂ ਭਾਰਤੀ ਸਮਾਜ 'ਚ ਇੱਕ ਬਹੁਤ ਵੱਡੀ ਗੱਲ ਹੈ, ਨਹੀਂ ਨਹੀਂ ਲੋਕ ਕੀ ਕਹਿਣਗੇ, ਜੀ ਗਲੀ ਗੁਆਂਢ ਕੀ ਕਹੇਗਾ, ਰਿਸ਼ਤੇਦਾਰ ਕੀ ਕਰਨਗੇ, ਕੱਲ ਨੂੰ ਤੇਰੀ ਭੈਣ ਦਾ ਰਿਸ਼ਤਾ ਕਰਨਾ ਜੀ, ਤੇ ਸਾਡਾ ਰਿਸ਼ਤਾ ਹੀ ਨਹੀਂ ਹੋਏਗਾ ਕਿ ਤੁਸੀਂ ਪੁਲਿਸ ਤੱਕ ਪਹੁੰਚੇ। ਨਹੀਂ, ਪੁਲਿਸ ਤੱਕ ਨਹੀਂ ਪਹੁੰਚੋਗੇ ਤਾਂ ਕੱਲ ਨੂੰ ਤੁਹਾਡੀ ਭੈਣ ਵੀ ਤੰਗ ਹੋ ਸਕਦੀ। ਬਿਲਕੁਲ, ਮੈਂ ਇਹ ਨਹੀਂ ਕਹਿੰਦੀ ਕਿ ਨਜਾਇਜ਼ ਕਰੋ, ਮੈਂ ਫਿਰ ਇੱਕ ਗੱਲ ਕਹਾਂਗੀ, ਕਿਉਂਕਿ ਬਹੁਤ ਵਾਰੀ ਕੇਸਿਸ ਇਹ ਵੀ ਦੇਖਿਆ ਕਿ ਕਈ ਵਾਰੀ ਨਜਾਇਜ਼ ਵੀ ਹੁੰਦੀ ਹੈ। ਮੈਂ ਇਹੀ ਗੱਲ ਕਹੀਏ, ਜਿਸ ਤਰ੍ਹਾਂ ਉਹਨਾਂ ਦਾ 498 ਦਾ ਹੈ, ਇਹਦਾ ਡੋਰੀ ਦਾ ਜੀ, ਹੁਣ ਕਈਆਂ ਨੇ ਲੋਕਾਂ ਨੇ ਇਹਦੇ 'ਚ ਮੈਂ ਇੱਕ ਲਿਖਿਆ ਵੀ ਸੀ ਕਿ ਇਸ ਨੂੰ ਹਥਿਆਰ ਨਾ ਬਣਾਓ, ਜਦਕਿ ਬਹੁਤਿਆਂ ਨੇ ਇਹਨੂੰ ਹਥਿਆਰ ਹੀ ਬਣਾਇਆ ਆ, ਇਸ ਨੂੰ ਕੋਈ ਖਰਚਾ ਲੈਣਾ ਕੁਛ ਵੀ ਲੈਣਾ, ਇਹਨਾਂ ਤੇ ਡੋਰੀ ਦਾ ਕੇਸ ਪਾ ਦਿਓ। ਇਹ ਸਮਾਜ ਦੇ ਵਿੱਚ ਅੱਜ ਤੁਸੀਂ ਪੁੱਤਰ ਵਾਲੇ ਹੋ,
ਤੁਸੀਂ ਪਾ ਰਹੇ ਹੋ, ਕੱਲ ਨੂੰ ਤੁਸੀਂ ਵੀ ਆਪਣੀ ਧੀ ਆਪਣੀ ਨੂੰ ਲਿਆਉਣੀ ਤੁਹਾਡੇ 'ਤੇ ਵੀ ਹੋ ਸਕਦਾ ਜੀ, ਸੱਚਾ ਹੋਣਾ ਚਾਹੀਦਾ। ਮੇਰੇ ਕੋਲ ਇਸ ਤਰ੍ਹਾਂ ਇੱਕ ਕੇਸ ਆਇਆ ਅਤੇ ਉਹਨਾਂ ਨੇ ਉਹਦੇ 'ਚ ਲਿਖਿਆ ਕਿ ਸੱਸ ਪ੍ਰੈਸ ਲਾਉਂਦੀ ਗਰਮ ਗਰਮ, ਪ੍ਰੈਸ ਲਾਉਂਦੀ। ਅਤੇ ਮੈਂ ਕਿਹਾ ਤੁਸੀਂ ਬੇਟੇ ਫਿਰ ਉੱਥੇ ਰਹਿਣਾ ਹੈ, ਕੀ ਕਰਨਾ? ਕਹਿੰਦੀ ਨਹੀਂ ਮੈਡਮ, ਮੈਂ ਵੱਸਣਾ ਚਾਹੁੰਦੀ ਹਾਂ। ਚਲੋ, ਪਰ ਜੋ ਸੱਸ ਦੀ ਹਾਲਤ ਸੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਕਿਉਂਕਿ ਕਿੰਨੀ ਕੁ ਪਰੇਸ਼ਾਨ ਸੀ। ਹੁਣ ਜੇ ਇੱਕ ਨੇ ਨਹੀਂ ਕੀਤਾ, ਤੁਸੀਂ ਉਹਨੂੰ ਭਰੀ ਸਭਾ ਦੇ ਵਿੱਚ ਕਹਿ ਰਹੇ ਹੋ, ਤੇ ਉਹਦੇ ਤੇ ਕੀ ਬੀਤੀ ਹੋ? ਫਿਰ ਤੁਸੀਂ ਉਸੇ ਦੇ ਘਰ 'ਚ ਜਾ ਕੇ ਦੁਬਾਰਾ ਰਹਿਣਾ ਜਾਂ ਤੁਸੀਂ ਆਪਣੇ ਘਰ 'ਚ ਉਹਦੇ ਨਾਲ ਜਾ ਕੇ ਰਹਿਣਾ? ਬਿਲਕੁਲ। ਚਲੋ, ਕੇਸ ਸੈਟਲ ਹੋ ਗਿਆ। ਜਦੋਂ ਸਾਰੇ ਬਾਹਰ ਗਏ, ਮੈਂ ਬੇਟੀ ਇੱਕ ਗੱਲ ਮੈਨੂੰ ਦੱਸ, ਉਹ ਸੱਚੀ ਪ੍ਰੈਸ ਲਾਉਂਦੀ ਸੀ? ਕਿਉਂਕਿ ਤੂੰ ਉੱਥੇ ਜਾਣਾ। ਕਹਿੰਦੀ ਨਹੀਂ ਮੈਮ। ਮੈਂ, ਫਿਰ ਤੂੰ ਇਹਦੇ 'ਚ ਕਿਉਂ ਲਿਖਿਆ? ਕਹਿੰਦੀ ਮੈਨੂੰ ਮੇਰੇ ਵਕੀਲ ਨੇ ਕਿਹਾ ਸੀ। ਮੇਰੀ ਗੱਲ ਨੂੰ ਸਮਝ ਸਕਦੇ ਹੋ ਜੀ? ਮਤਲਬ ਇਹ ਕਿ ਉਹ ਹੁਣ ਉਹ ਡੋਮੈਸਟਿਕ ਵਾਇਲੈਂਸ ਮਦਰ ਨਾਲ ਹੈ ਜੀ। ਉਹ ਤਾਂ ਮੈਂਟਲੀ ਚਾਰ ਬੰਦੇ ਆ, ਜੇ ਤੁਸੀਂ ਉਸ ਬੰਦੇ ਦੀ ਮਤਲਬ ਇੱਜ਼ਤ ਜਿਹੜੀ ਆ ਉਹ ਕਹਿ ਲਓ ਕਿ ਰਹਿਣ ਨਹੀਂ ਦਿੱਤੀ, ਕਿ ਉਹਨੂੰ ਸਾਰਿਆਂ ਸਾਹਮਣੇ ਦੱਸਾ ਦਿੱਤਾ ਕਿ ਉਹ ਚੰਗੀ ਨਹੀਂ ਆ, ਇੱਥੋਂ ਤੱਕ ਪਹੁੰਚ ਸਕਦੀ ਹੈ, ਤੇ ਉਹ ਕਿੱਦਾਂ ਹੁਣ ਤੁਹਾਨੂੰ ਘਰ ਜਾ ਕੇ ਫਿਰ ਅਕਸੈਪਟ ਕਰੇਗੀ? ਔਰ ਰਿਸ਼ਤਿਆਂ ਦੇ ਵਿੱਚ ਫਿਰ ਇੱਥੇ ਦਰਾਰ ਪੈਣੀ ਪਵੇਗੀ। ਸੋ ਮਤਲਬ ਜਿਹੜੀ ਵੀ ਗੱਲ ਤੁਸੀਂ ਕਰੋ ਉਹ ਸੱਚੀ ਹੋਣੀ ਚਾਹੀਦੀ, ਜਾਇਜ਼ ਹੋਣੀ ਚਾਹੀਦੀ, ਕਾਨੂੰਨ ਦੇ ਵਿਰੁੱਧ ਨਹੀਂ ਹੋਣੀ ਚਾਹੀਦੀ। ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਓ, ਕਾਨੂੰਨ ਨੇ ਫੈਸਲਾ ਆਪਣਾ ਦੇਣਾ। ਤੁਸੀਂ ਇਹਦੇ ਨਾਲ ਇਹ ਕਹਿ ਸਕਦੇ ਹੋ ਕਿ ਮੈਨੂੰ ਟੋਰਚਰ ਕਰਦੀ ਹੈ ਜਾਂ ਮੈਨੂੰ ਤੰਗ, ਜਿਹੜਾ ਤੁਸੀਂ ਡਾਇਰੈਕਟ ਕਹਿ ਰਹੇ ਹੋ ਕਿ ਮੈਨੂੰ ਪ੍ਰੈਸ ਲਗਾਉਂਦੀ ਹੈ, ਇਹ ਚੀਜ਼ਾਂ ਜ਼ਰੂਰ ਸੋਚਣੀਆਂ ਚਾਹੀਦੀਆਂ। ਸੋ ਜੇ ਆਪਣੇ ਸੈਕਸੁਅਲ ਹਰਾਸਮੈਂਟ ਐਟ ਵਰਕ ਪਲੇਸ 'ਤੇ ਗੱਲ ਆਉਂਦੀ ਹੈ, ਕਈ ਵਾਰੀ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ। ਪਿਛਲੇ ਦਿਨਾਂ 'ਚ ਮੇਰੇ ਕੋਲ ਕੇਸ ਸੀ, ਦੋ ਟੀਚਰਸ ਦਾ, ਇੱਕ ਜੈਂਟ ਸੀ ਇੱਕ ਲੇਡੀ ਸੀ, ਉਹ ਕਹਿੰਦੀ ਮੈਂ ਇਹ ਕਿਹਾ, ਉਹ ਕਹਿੰਦੀ ਮੈਂ ਇਹ ਕਿਹਾ। ਦੇਖੋ, ਜਦੋਂ ਤੁਸੀਂ ਵਰਕ ਕਰਦੇ ਹੋ ਨਾ ਇਕੱਠੇ, ਤਾਂ ਥੋੜ੍ਹੀ ਬਹੁਤੀ ਗੱਲ ਜਿਹੜੀ ਹੈ ਸਹਿਣੀ ਵੀ ਸਿੱਖੋ। ਜੇ ਤੁਸੀਂ ਕਹਿਣੀ ਜਾਣਦੇ ਹੋ ਤਾਂ ਸਹਿਣੀ ਵੀ ਸਿੱਖੋ। ਬਹੁਤ ਸਾਰੇ ਲੋਕ ਇਹ ਕਹਿੰਦੇ ਅਸੀਂ ਕਹਿ ਤਾਂ ਲਈਏ ਪਰ ਸਹੀਏ ਨਾ, ਕਿਉਂਕਿ ਇਹਦੇ 'ਚ ਆਪਾਂ ਜਦ ਬਾਹਰ ਸਮਾਜ 'ਚ ਨਿਕਲਦੇ ਨਾ ਤਾਂ ਦਿਲ ਨੂੰ ਬੜਾ ਵੱਡਾ ਕਰਨਾ ਚਾਹੀਦਾ ਜੀ, ਦਿਮਾਗ ਨੂੰ ਸੋਚ ਕੇ ਕਰਨਾ। ਤੇ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ, ਮੈਂ ਤਾਂ ਇਹ ਕਹਿੰਦੀ ਹਾਂ ਕਿ ਘਰ 'ਚ ਜੇ ਬੱਚੀ ਨੂੰ ਅੱਛੀ ਸ਼ਿਕਸ਼ਾ ਦਿੱਤੀ ਜਾਏ, ਕਿ ਉਸ ਨੂੰ ਕਹੋ ਵੀ ਤੂੰ, ਪਹਿਲੇ ਆਪਾਂ ਕਹਿੰਦੇ ਸੀ ਨਾ ਇਸ ਕੋਲੋਂ ਤੇਰੀ ਡੋਲੀ ਜਾ ਰਹੀ ਉਧਰੋਂ ਅਰਥੀ ਆਵੇ, ਹੁਣ ਉਹ ਤਾਂ ਨਹੀਂ ਅਸੀਂ ਕਹਿੰਦੇ ਕਿ ਉੱਥੋਂ ਅਰਥੀ ਆਏ, ਅਸੀਂ ਇਹ ਕਹਿੰਦੇ ਕਿ ਹੁਣ ਤੈਨੂੰ ਪੜਾ ਲਿਖਾ ਕੇ ਤੈਨੂੰ ਕਾਬਲ ਬਣਾ ਕੇ ਤੈਨੂੰ ਭੇਜ ਰਹੇ, ਤੂੰ ਆਪਣੇ ਮਸਲਿਆਂ ਦਾ ਹੱਲ ਆਪ ਕਰ ਜੀ। ਬਹੁਤ ਸਾਰੀਆਂ ਮਾਵਾਂ ਦੀ ਇੰਟਰਫੇਰੈਂਸ, ਕਿਉਂਕਿ ਬੱਚੇ ਇੱਕ ਇੱਕ ਦੋ ਦੋ ਹੋ ਗਏ, ਬੱਚਿਆਂ ਨੂੰ ਆਪਾਂ ਬੜੇ ਅੱਛੇ ਵੇ ਨਾਲ ਬਰੋਟ ਅਪ ਕਰਦੇ, ਕਰਨੇ ਵੀ ਚਾਹੀਦੇ, ਪਰ ਇਹ ਸ਼ਿਕਸ਼ਾ ਨਹੀਂ ਦੇਣੀ ਚਾਹੀਦੀ ਕਿ ਤੂੰ ਬੜੀ ਲਾਡਲੀ ਰਹੀ ਹੈ ਤੇ ਲਾਡਲੀ ਹੈ ਤੇ ਇਸ ਕਰਕੇ ਕਿਸੇ ਦੀ ਸੁਣੀ ਨਾ। ਇਹ ਜਿਹੜਾ ਸਾਡੇ ਸਮਾਜ ਦੇ ਢਾਂਚੇ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਪੈਦਾ ਕਰਦਾ। ਤੁਸੀਂ ਆਪਣੀ ਬੱਚੀ ਨੂੰ ਇਹ ਸ਼ਿਕਸ਼ਾ ਦਿਓਗੇ, ਮੈਂ ਤੈਨੂੰ ਇੰਨੇ ਕਾਬਲ ਬਣਾਇਆ, ਛੋਟੇ ਛੋਟੇ ਮਸਲਿਆਂ ਦਾ ਹੱਲ ਆਪ ਲੱਭ, ਤੇ ਉਹ ਤੁਹਾਡੇ ਨਾਲ ਕੋਸ਼ਿਸ਼ ਹੀ ਨਹੀਂ ਕਰੇਗੀ। ਜਦੋਂ ਤੁਸੀਂ ਰੋਜ਼ ਉਹਨੂੰ ਪੁੱਛੋਗੇ ਕਿ ਤੇਰੀ ਮਦਰ ਇਨ ਲਾ ਕੀ ਇਹ ਕਰਦੀ ਹੈ, ਤੂੰ ਕੀ ਕਰ, ਤੇ ਇਹ ਡਿਸਟਰਬੈਂਸ ਉਹਨੂੰ ਆਦਤ ਪੈ ਜਾਏਗੀ। ਅੱਜ ਬਹੁਤ ਸਾਰੇ ਘਰ ਇਸੇ ਕਰਕੇ ਖਰਾਬ ਹੁੰਦੇ ਪਏ ਆ। ਔਰ ਮੈਂ ਕਿਤੇ ਪੜ੍ਹਿਆ ਵੀ ਸੀ ਕਿ ਜੇ ਤੁਹਾਡੇ ਘਰਦਿਆਂ ਵਿੱਚ ਘਰ ਵਿੱਚ ਰਿਸ਼ਤੇਦਾਰਾਂ ਦੀ ਜ਼ਿਆਦਾ ਇੰਟਰਫੇਰੈਂਸ ਆ ਨਾ, ਤੁਹਾਡਾ ਘਰ ਖਰਾਬ ਹੋਏਗਾ। ਔਰ ਜੇ ਤੁਹਾਡੇ ਘਰ ਦੇ ਵਿੱਚ ਰਿਸ਼ਤੇਦਾਰ ਜਿਹੜੇ ਆ ਉਹ ਬਾਹਰ ਆ, ਫਿਰ ਤੁਹਾਡੀ ਆਪਸ ਦੇ ਵਿੱਚ ਜ਼ਰੂਰ ਬਣੂਗੀ। ਮੈਂ ਇੱਕ ਗੱਲ ਕਹਿੰਦੀ ਹੁੰਦੀ ਕਿ ਜੇ ਘਰ ਦੀ ਹੈੱਡ ਫੀਮੇਲ ਹੈੱਡ ਅਕਲਮੰਦ ਹੋਵੇ, ਉਹਨੂੰ ਪਤਾ ਹੋਵੇ ਵੀ ਕਿਹੜੀ ਜਗ੍ਹਾ ਦੀ ਕਿਸ ਦੀ ਕਿਹੜੀ ਕਿਹੜੀ ਵੈਲਿਊਸ ਨੇ ਜੀ, ਨੂੰਹ ਦੀ ਕੀ ਵੈਲਿਊ ਹੈ, ਬਿਲਕੁਲ, ਧੀ ਦੀ ਕੀ ਹੈ, ਉਹ ਘਰ ਕਦੀ ਖਰਾਬ ਨਹੀਂ। ਬਿਲਕੁਲ। ਜਿਸ ਜਗ੍ਹਾ ਤੇ ਤੁਸੀਂ ਸਮਝੋ ਕਿ ਕੰਮ ਤਾਂ ਸਾਰੇ ਨੂੰਹ ਕਰੇ ਤੇ ਮੌਜ ਸਾਰੀ ਧੀ ਲੁੱਟੇ,
ਉੱਥੇ ਫਿਰ ਮਾਮਲਾ ਗੜਬੜ ਹੋ ਗਏਗਾ ਹਨਾ, ਕਿਉਂਕਿ ਅਸੀਂ ਅਨਨੈਸੈਸਰੀ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਹਾਂ। ਬਿਲਕੁਲ, ਅਸੀਂ ਇਹ ਤਾਂ ਸੋਚਦੇ ਹਾਂ ਕਿ ਜਿਹੜਾ ਜਵਾਈ ਆ ਉਹ ਮਤਲਬ ਸਾਡੀ ਕੁੜੀ ਨੂੰ ਰਾਣੀਆਂ ਵਾਂਗੂ ਰੱਖੇ, ਪਰ ਉਹ ਫਿਰ ਆਪਣੇ ਮੁੰਡੇ ਤੋਂ ਅਸੀਂ ਕਿਉਂ ਨਹੀਂ ਐਕਸੈਪਟ ਕਰਦੇ ਕਿ ਉਹ ਵੀ ਸਾਡੀ ਨੂੰਹ ਨੂੰ ਉਦਾਂ ਹੀ ਰੱਖੇ। ਤੇ ਜੇ ਮੁੰਡਾ ਜਰਾ ਕੁ ਵੀ ਉਹਦੀ ਗੱਲ ਸੁਣ ਲੇ ਤੇ ਅਸੀਂ ਕਹਿੰਦੇ ਤੂੰ ਤੇ ਥੱਲੇ ਲੱਗ ਗਿਆ, ਬਣ ਗਿਆ ਤੂੰ ਤਾਂ ਹੋ ਗਿਆ। ਸੋ ਆਪਾਂ ਸਾਰੇ ਇਸ ਪ੍ਰੋਸੈਸ ਚੋਂ ਨਿਕਲੇ। ਬਿਲਕੁਲ, ਆਪਾਂ ਬੇਟੀ ਵੀ ਸੀ, ਆਪਾਂ ਬਹੂ ਵੀ ਬਣੇ, ਪਤਨੀ ਵੀ ਬਣੇ, ਫਿਰ ਆਪਾਂ ਮਾਂ ਵੀ ਬਣੇ, ਦਾਦੀ ਵੀ ਬਣੇ। ਤੁਹਾਨੂੰ ਹਰ ਰੋਲ ਨੂੰ ਨਿਭਾਉਣਾ ਆਉਣਾ ਚਾਹੀਦਾ। ਜਦੋਂ ਜੇ ਤੁਹਾਨੂੰ ਇਹ ਸਮਝ ਆ ਗਈ, ਤੁਸੀਂ ਆਪੇ ਇੱਕ ਸਮਾਜ ਸੇਵਿਕਾ ਬਣ ਜਾ। ਬਿਲਕੁਲ, ਪਰ ਮੈਂ ਇਹ ਵੀ ਦੇਖਿਆ ਕਿ ਕਈ ਕਹਿ ਦਿੰਦੇ ਕਿ ਮੈਂ ਤਾਂ ਕੰਮ ਕਰਦੀ ਨਹੀਂ ਸੀ। ਮੈਨੂੰ ਜੇ ਤੁਸੀਂ ਘਰ 'ਚ ਰਹਿਣਾ, ਤੁਸੀਂ ਖਾਣਾ, ਠੀਕ ਆ, ਤੁਸੀਂ ਬੱਚੇ ਪਾਲਣੇ, ਅਤੇ ਉਹਨਾਂ ਲਈ ਤੁਸੀਂ ਕੰਮ ਨਹੀਂ ਕਰਨਾ, ਅਤੇ ਹੋਰ ਕਿਹਨੇ ਕਰਨਾ ਫਿਰ ਆ ਕੇ? ਮੈਂ ਇੱਕ ਗੱਲ ਹੋਰ ਕਹਿੰਦੀ ਹੁੰਦੀ ਹਾਂ, ਇਹ ਟਾਈਟਲ ਤਾਂ ਤੁਹਾਡੇ ਵਕਤ ਨਾਲ ਚੇਂਜ ਹੋਣੇ ਆ। ਬਿਲਕੁਲ, ਕਿ ਤੁਸੀਂ ਅੱਜ ਬੇਟੀ ਹੋ, ਘਰ 'ਚ ਬੜੇ ਲਾਡਲੇ ਹੋ ਜੀ, ਭਰਾ ਦੀ ਵੀ ਲਾਡਲੇ ਹੋ, ਭੈਣ ਦੀ ਵੀ ਹੋ, ਮਾਂ ਬਾਪ ਦੀ। ਫਿਰ ਤੁਸੀਂ ਅੱਗੇ ਗਏ, ਥੋੜੀ ਤੁਹਾਡੀ ਜ਼ਿੰਮੇਵਾਰੀਆਂ ਆ ਗਈਆਂ, ਫਿਰ ਤੁਸੀਂ ਮਾਂ ਬਣੇ, ਤੁਸੀਂ ਕਿਸੇ ਲਈ ਨਹੀਂ ਕਰ ਰਹੇ, ਤੁਸੀਂ ਆਪਣੇ ਲਈ ਕਰ ਰਹੇ ਹੋ। ਹਾਂਜੀ, ਫਿਰ ਤੁਸੀਂ ਆਪਣੀ ਦਾਦੀ ਵੀ ਬਣ ਗਏ। ਦਾਦੀ 'ਚ ਇਹਦਾ ਕੀ ਮਤਲਬ ਕਿ ਦਾਦੀ ਬਣ ਗਏ ਤੇ ਤੁਹਾਡੇ ਜਾਂ ਸੱਸ ਬਣ ਗਏ, ਤੁਹਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਖਤਮ ਹੋ ਗਈਆਂ। ਜੇ ਤੁਸੀਂ ਅੱਛੀ ਇੱਕ ਔਰਤ ਹੋ ਜੀ, ਮੈਂ ਕਹਿੰਦੀ ਹਾਂ ਕਿ ਸਭ ਤੋਂ ਵੱਡਾ ਰੋਲ ਨਾ ਅੱਜ ਸਮਾਜ ਦੇ ਵਿੱਚ ਗ੍ਰੈਂਡ ਪੇਰੈਂਟਸ ਨੂੰ ਨਿਭਾਉਣਾ ਚਾਹੀਦਾ। ਬਿਲਕੁਲ, ਤੁਸੀਂ ਪੁੱਛੋ ਕਿਉਂ, ਕਿਤੇ ਕਿਤੇ ਵਰਕਿੰਗ ਨੇ ਪੇਰੈਂਟਸ, ਠੀਕ ਹੈ, ਉਹਨਾਂ ਦੋਨਾਂ ਨੂੰ ਟਾਈਮ ਘੱਟ ਹੈ, ਸਵੇਰੇ ਗਏ ਸ਼ਾਮ। ਮੋਸਟਲੀ ਸਾਡੀਆਂ ਫੈਮਿਲੀਜ਼ ਜਲੰਧਰ ਹੁਣ ਕਾਫੀ ਲੋਕ ਜਿਹੜੇ ਕੰਮ ਕਰ ਰਹੇ। ਮਤਲਬ ਮੈਂ ਆਪਣਾ ਆਪਣਾ ਬੋਲ ਸਕਦੀ ਹਾਂ ਕਿ ਮੇਰੀ ਜੋਬ ਆ, ਮੇਰੇ ਹਸਬੈਂਡ ਦਾ ਵੀ ਕੰਮ ਹੈ, ਠੀਕ ਹੈ, ਮੇਰੀ ਬੇਟੀ ਨੂੰ ਉਹਦੇ ਗ੍ਰੈਂਡ ਮਦਰ ਹੀ ਸਾਂਭਦੇ ਆ। ਉਹ ਗੱਲ ਆ ਗਈ ਨਾ, ਹੁਣ ਤੁਸੀਂ ਗ੍ਰੈਂਡ ਮਦਰ ਦੇ ਹੁੰਦਿਆਂ ਕਿੰਨੇ ਫ੍ਰੀ ਹੋ? ਬਿਲਕੁਲ, ਜੇ ਤੁਸੀਂ ਇਹ ਸਰਵੈਂਟ ਕੋਲ ਛੱਡ ਕੇ ਆਏ ਹੋ ਤਾਂ ਤੁਹਾਨੂੰ ਧੁੱਪ ਧੁੱਪ ਹੀ ਲੱਗੀ ਰਹੇਗੀ ਸਾਰਾ ਦਿਨ। ਜੇ ਉਹ ਮੇਲ ਹੈ ਤਦ ਡਰੋਗੇ, ਜੇ ਲੜਕੀ ਹੈ ਤੁਸੀਂ ਕੋ ਪਤਾ ਨਹੀਂ, ਉਹ ਆਪ ਵੀਡੀਓ ਦੇਖਣ ਲੱਗ ਪਈ, ਟੀਵੀ ਦੇਖਣ ਲੱਗ, ਪਤਾ ਨਹੀਂ ਕੀ, ਤੁਹਾਡੇ ਦਿਮਾਗ ਇੱਥੇ ਵੀ ਮੈਂਟਲੀ ਡਿਸਟਰਬੈਂਸ ਨੇ। ਬਿਲਕੁਲ, ਪਰ ਜਦੋਂ ਤੁਸੀਂ ਆਪਣੇ ਘਰ ਦੇ ਨਾਨੀ ਕੋਲ, ਦਾਦੀ ਕੋਲ ਛੱਡ ਕੇ ਤਾਂ ਤੁਸੀਂ ਸਕੋ। ਇਸੇ ਕਰਕੇ ਮੈਂ ਚਾਹੁੰਦੀ ਹਾਂ ਕਿ ਜਿਹੜੀ ਵੀ ਦਾਦੀ ਨਾਨੀ ਹੈ ਉਹਨਾਂ ਨੂੰ ਆਪਣੇ ਰੀਤੀ ਰਿਵਾਜ਼, ਉਹਨਾਂ ਨੂੰ ਆਪਣੇ ਐਕਸਪੀਰੀਅੰਸ, ਉਹਨਾਂ ਨੂੰ ਛੋਟੀਆਂ ਛੋਟੀਆਂ ਜਿਹੜੀਆਂ ਆਪਾਂ ਛੋਟੇ ਹੁੰਦੇ ਕਹਾਣੀਆਂ ਸੁਣਾਉਂਦੇ, ਬਿਲਕੁਲ, ਉਹ ਬੱਚਿਆਂ ਨੂੰ ਸੁਣਾਓ, ਬੱਚਿਆਂ ਨਾਲ ਅੱਛੀ ਬੌਂਡਿੰਗ ਹੋਵੇ। ਔਰ ਉਸ ਦੇ ਇਲਾਵਾ ਇੱਕ ਹੋਰ ਚੀਜ਼ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਹੈ ਜੀ, ਉਹ ਵੀ ਥੋੜ੍ਹਾ ਜਿਹਾ ਵਰਤਣਾ ਤੁਹਾਡੇ ਵਾਸਤੇ ਜ਼ਰੂਰੀ ਹੈ। ਉਹ ਤੁਸੀਂ ਆਪਣੇ 4 ਸਾਲ ਦੇ ਬੱਚੇ ਕੋਲੋਂ ਵੀ ਸਿੱਖ ਸਕਦੇ ਹੋ। ਔਰ ਬੱਚੇ ਅੱਜ ਕੱਲ੍ਹ ਜ਼ਿਆਦਾ ਜੋ ਹੈ ਮਤਲਬ ਫੋਨ ਤੇ, ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਜਾਂ ਤੁਹਾਨੂੰ ਇੰਨਾ ਨਹੀਂ ਆਉਂਦਾ ਹੋਏਗਾ ਜਿੰਨੀਆਂ ਉਂਗਲੀਆਂ ਉਹਨਾਂ ਦੀਆਂ ਤੇਜ਼ ਚੱਲਦੀਆਂ, ਜਿਨ੍ਹਾਂ ਨੂੰ ਪਤਾ ਹੈ। ਮੈਂ ਕਈ ਵਾਰੀ ਆਪਣੇ ਗ੍ਰੈਂਡਸਨ ਨੂੰ ਕਹਿੰਦੀ ਹਾਂ ਕਿ ਇਹ ਖੇਡੇ ਕੇ ਲਈ ਆਪ ਮੇਰਾ ਟੀਚਰ ਹੋ ਗਏ, ਉਹ ਬੜਾ ਖੁਸ਼ ਹੁੰਦਾ ਕਿ ਮੈਂ ਸਿਖਾਊਂਗਾ, ਮੈਂ ਸਿਖਾਊਂਗਾ, ਮੈਂ ਪੜ੍ਹਾਊਂਗਾ। ਫਿਰ ਆਪ ਆਰਾਮ ਸੇ ਬੈਠੇਗੇ, ਮੈਂ ਵੀ ਕਹੂੰਗੀ, ਮੈਂ ਨਹੀਂ ਬੋਲੂੰਗੀ ਜਬ ਆਪ ਟੀਚਰ। ਇੱਕ ਤਾਂ ਬੱਚੇ ਨੂੰ ਸਮਝ ਆਉਂਦੀ ਹੈ ਕਿ ਮੈਂ ਮਤਲਬ ਮੈਂ ਵੀ ਮਾਮਾ ਸੀ ਕੋਈ ਬਾਤ ਕਰ, ਹਮੇਸ਼ਾ ਆਪਾਂ ਹੀ ਨਹੀਂ ਉਹਨਾਂ ਨੂੰ ਡਾਂਟਦੇ ਰਹਿਣਾ, ਠੀਕ ਹੈ। ਤੁਹਾਡਾ ਜਿਹੜਾ ਲਵਲੀ ਅਫੈਕਸ਼ਨ ਹੈ ਪੇਰੈਂਟਸ ਨਾਲ, ਬੱਚਿਆਂ ਨਾਲ, ਉਹ ਬੌਂਡਿੰਗ ਤੁਹਾਡੇ ਨੂੰ ਪੁੱਤਰ ਨੂੰ ਬਹੁਤ ਸਕੂਨ ਦੇਗੀ। ਬਿਲਕੁਲ, ਜਦੋਂ ਸਰਵਿਸ ਤੋਂ ਆਉਂਦੇ ਤੇ ਉਹ ਕਹਿੰਦਾ ਦਾਦੀ ਨੇ ਐਸੇ ਖਿਲਾਇਆ, ਦਾਦੀ ਨੇ ਪੜਾਇਆ, ਦਾਦੀ ਨੇ ਮੈਨੂੰ ਆਹ ਵੀ ਕਰਾਤਾ, ਆਹ ਵੀ ਕੰਮ ਕਰਾਤਾ, ਤੁਹਾਡੇ ਚਿਹਰਾ ਹੀ ਬਦਲ ਜਾਂਦਾ। ਤੇ ਜੇ ਸਰਵੈਂਟ ਨੂੰ ਅੱਗੇ ਸ਼ਿਕਾਇਤਾਂ ਲਾਏਗਾ ਤੇ ਤੁਹਾਡਾ ਮਨ ਉਦਾਸ ਹੋਏਗਾ, ਮੈਂ ਯਾਰ ਨੌਕਰੀ ਕਰਾਂ ਕਿ ਇਹਨਾਂ ਨੂੰ ਦੇਖਾਂ, ਇਹਨਾਂ ਨੂੰ ਦੇਖਾਂ। ਸੋ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਲਕੁਲ, ਬਹੁਤ ਜ਼ਰੂਰੀ ਹੈ, ਕਿਉਂਕਿ ਬਜ਼ੁਰਗ ਦੇਖੋ ਬਹੁਤ ਸਮਾਂ ਪਹਿਲੇ ਜਦੋਂ ਆਪਣੇ ਬੱਚਿਆਂ ਨੂੰ ਪਾਲਦੇ ਤੇ ਕੋਈ ਸੋਚਦੇ ਨੇ, ਕ੍ਰਾਈਮ ਵਧਣ ਦਾ ਕਾਰਨ ਲੈਕ ਆਫ ਆਪਣੇ ਜੁਆਇੰਟ ਜੁਆਇੰਟ ਫੈਮਿਲੀ। ਪਹਿਲੇ ਕੀ ਹੁੰਦਾ ਸੀ, ਘਰ 'ਚ ਡਰ ਹੁੰਦਾ ਸੀ,
ਕੋਈ ਵੀ ਬੱਚਾ ਗਲਤ ਕੰਮ ਕਰਨ ਤੋਂ ਕਹਿੰਦੇ ਚਾਚਾ ਤਾਂ ਨਹੀਂ ਦੇਖਦਾ, ਦਾਦਾ ਤਾਂ ਨਹੀਂ ਆਉਂਦਾ ਪਿਆ, ਹੁਣ ਨਾਲ ਦੇ ਪੜੋਸੀ ਨੂੰ ਵੀ ਨਹੀਂ ਪਤਾ ਹੁੰਦਾ ਤੁਹਾਡਾ ਘਰ ਕੀ ਚੱਲਦਾ ਪਿਆ। ਇਸ ਕਰਕੇ ਵੱਡਿਆਂ ਦਾ ਹੋਣਾ ਘਰ ਦੇ ਵਿੱਚ ਇੱਕ ਚੌਕੀਦਾਰ ਹੁੰਦਾ। ਬਿਲਕੁਲ, ਉਹ ਤੁਹਾਡੇ ਘਰਾਂ ਦੇ ਵਿੱਚ ਚੱਲਦੀ ਫਿਰਦੀ ਇੱਕ ਸੰਸਕਾਰਾਂ ਦੀ ਪਾਠਸ਼ਾਲਾ ਜਿਹੜੇ ਬਿਨਾਂ ਕਿਉਂ ਡਿਲੀਵਰ ਕਰਦੇ ਰਹਿੰਦੇ ਨੇ ਔਰ ਬਿਨਾਂ ਕੋਈ ਫੀਸ ਲਏ ਆਪਣੀਆਂ ਸਰਵਿਸਿਜ਼ ਤੁਹਾਨੂੰ ਦਿੰਦੇ ਨੇ। ਕਹਿ ਲਓ ਕਿ ਉਹਨਾਂ ਨੇ ਤਾਂ ਚਲੇ ਜਾਣਾ ਪਰ ਉਹ ਤੁਹਾਡਾ ਘਰ ਤਾਂ ਸਾਂਭਦੇ ਪਏ ਆ ਨਾ। ਸਰਵਿਸਿਜ਼ ਦੇ ਕੇ ਵੀ ਕਹਿੰਦੇ ਵੀ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਕਹਿੰਦੇ ਨਾ ਜਿਹੜੇ ਪੇੜ ਪੌਦੇ ਵੱਡੇ ਹੋ ਜਾਂਦੇ ਨੇ ਉਹ ਫਲ ਨਹੀਂ ਦਿੰਦੇ ਪਰ ਛਾਂ ਤਾਂ ਦਿੰਦੇ ਨੇ। ਜੇ ਉਹ ਤੁਹਾਨੂੰ ਕੋਈ ਕਮਾ ਕੇ ਨਹੀਂ ਦੇ ਰਹੇ ਤੁਹਾਡੇ ਬੱਚਿਆਂ ਨੂੰ ਤਾਂ ਪ੍ਰੋਟੈਕਟ ਕਰੇ, ਤੁਹਾਡਾ ਘਰ ਤਾਂ ਪ੍ਰੋਟੈਕਟ ਕਰੇ। ਇਸ ਕਰਕੇ ਜੇ ਕ੍ਰਾਈਮ ਨੂੰ ਘਟਾਉਣਾ ਤਾਂ ਥੋੜ੍ਹਾ ਜਿਹਾ ਸੋਸ਼ਲ ਮੀਡੀਆ 'ਤੇ ਕੰਟਰੋਲ ਕਰੋ, ਬੱਚਿਆਂ ਦੀ ਦਿਨ ਚਰਿਆ ਨਾਲ ਆਪਣਾ ਦੇਖੋ ਕਿ ਇਹ ਬੱਚੇ ਅੱਜ ਕੀ ਕਰਦੇ ਆ। ਇਹ ਨਹੀਂ ਉਹ ਬੱਚੇ ਤੁਹਾਨੂੰ ਬਾਰ ਬਾਰ ਕਹਿ ਰਹੇ ਕਿ ਆਹ ਕੰਮ ਹੈ ਆਹ ਦੇਖਣਾ, ਨਹੀਂ ਨਹੀਂ ਅਜੇ ਨਹੀਂ ਟਾਈਮ ਹੈਗਾ, ਤੁਸੀਂ ਫੋਨ 'ਤੇ ਲੱਗ ਜਾਂਦੇ ਹੋ, ਤੁਸੀਂ ਆਪਣੀ ਭੈਣ ਨਾਲ ਗੱਲ ਕਰ ਰਹੇ ਹੋ, ਉਹਦੀ ਦਿਨ 'ਚ ਮਾਂ ਦਾ ਫੋਨ ਆ ਜਾਂਦਾ, ਉਹਨੀ ਦੇਰ 'ਚ ਕਿਸੇ ਹੋਰ ਤਸੇਲੀ ਦਾ ਆ ਜਾਂਦਾ, ਫਿਰ ਤੁਸੀਂ ਉੱਥੋਂ ਕਮੈਂਟ ਦੇਖਣ ਲੱਗ ਜਾਂਦੇ, ਫਿਰ ਲਾਈਕ ਦੇਖਣ ਲੱਗ ਜਾਂਦੇ ਹੋ, ਫਿਰ ਜਿਹਨੇ ਨਹੀਂ ਕੀਤਾ ਉਹਦੇ ਬਾਰੇ ਸੋਚਣ ਲੱਗ ਜਾਂਦੇ ਹੋ। ਇਹਨਾਂ ਚੀਜ਼ਾਂ ਦੇ ਵਿੱਚ ਟਾਈਮ ਨੂੰ ਖਰਾਬ ਕਰਨ ਦੀ ਬਜਾਏ ਹਰ ਪੇਰੈਂਟਸ ਦੀ ਡਿਊਟੀ ਬਣਦੀ ਹੈ ਬੱਚੇ ਦੀ ਸਕੂਲ ਦੀ ਦਿਨ ਚਰਿਆ ਦੇਖਣ, ਬੱਚਿਆਂ ਦੇ ਉਹਨਾਂ ਦੀ ਕੰਪਨੀ ਕੈਸੀ ਉਹਦੇ ਬਾਰੇ ਦੇਖਣ, ਬੱਚੇ ਜਾਂਦੇ ਆ ਤੇ ਕਿੱਥੇ ਜਾਂਦੇ ਆ। ਬਹੁਤ ਸਾਰੀਆਂ ਸਮੱਸਿਆ ਦਾ ਮਾਂ ਬਾਪ ਦੇ ਕੋਲ ਹੀ ਹੱਲ ਹੈ। ਬਿਲਕੁਲ, ਔਰ ਮੈਮ ਮੈਂ ਇਹ ਵੀ ਪੁੱਛਣਾ ਚਾਹਾਂਗੀ ਕਿ ਜਿੱਦਾਂ ਡੋਮੈਸਟਿਕ ਵਾਇਲੈਂਸ ਜਿਹੜਾ ਆ, ਆਪਾਂ ਫੀਮੇਲਸ ਦੀ ਗੱਲ ਤਾਂ ਕਰਦੇ ਹਾਂ ਸੈਕਸੁਅਲ ਹਰਾਸਮੈਂਟ, ਬਟ ਇਹ ਕਨਸੈਪਟ ਇਹ ਵੀ ਹੈ ਕਿ ਇਹ ਮੇਲਸ ਦੇ ਨਾਲ ਵੀ ਹੁੰਦਾ ਆ। ਡੋਮੈਸਟਿਕ ਵਾਇਲੈਂਸ ਦਾ ਇਹ ਮਤਲਬ ਨਹੀਂ ਕਿ ਇਟ ਇਜ਼ ਓਨਲੀ ਫੋਰ ਲੇਡੀਜ਼, ਕਿਉਂਕਿ ਸੋਸਾਇਟੀ ਦੇ ਵਿੱਚ ਦਿਖਾਇਆ ਇਹੀ ਜਾਂਦਾ ਕਿ ਸਿਰਫ ਫੀਮੇਲ ਦੇ ਨਾਲ ਹੀ ਸਭ ਕੁਝ ਹੁੰਦਾ। ਉਹ ਇਸ ਕਰਕੇ ਕਿ ਸਾਨੂੰ ਸਾਡੀ ਔਰਤ ਬੜੀ ਸਪਰੈਸਡ ਰਹੀ ਹੈ ਜੀ। ਤੁਹਾਨੂੰ ਇਹ ਪਤਾ ਵੀ ਪੰਜਾਬੀ 'ਚ ਕਈ ਵਾਰੀ ਕਹਿੰਦੇ ਆ ਕਿ ਔਰਤ ਤਾਂ ਪੈਰ ਦੀ ਜੁੱਤੀ ਹੁੰਦੀ ਹੈ, ਜਦੋਂ ਮਰਜ਼ੀ ਬਦਲ ਲਓ ਜੀ, ਜਾਂ ਇਹਦੀ ਮੱਤ ਗੁੱਤ ਪਿੱਛੇ ਹੁੰਦੀ ਹੈ ਜੀ, ਬਹੁਤ ਸਾਰੀਆਂ ਗੱਲਾਂ ਪੰਜਾਬੀ 'ਚ ਕਹੀਆਂ। ਅਤੇ ਉਹ ਚੀਜ਼ਾਂ ਨੂੰ ਲੈ ਕੇ ਔਰਤ ਨੂੰ ਥੋੜ੍ਹਾ ਬਰਾਬਰ ਕਰਨ ਵਾਸਤੇ, ਪਰ ਉਹਨਾਂ ਇਹ ਨਹੀਂ ਕਿਹਾ ਕਿ ਔਰਤ ਆਪਣੀਆਂ ਪਾਵਰਸ ਨੂੰ ਮਿਸਯੂਜ਼ ਕਰੇ। ਕਈ ਘਰਾਂ 'ਚ ਜਿਹੜੀ ਤੁਸੀਂ ਪਿੱਛੇ ਜੇ ਗੱਲ ਕੀਤੀ ਕਿ ਕਈ ਵਾਰੀ ਉਹ ਇਸੇ ਗੱਲ ਨੂੰ ਲੈ ਲੈਂਦੇ ਨੇ, ਭਾਵੇਂ ਝਗੜਾ ਮੀਆਂ ਬੀਬੀ ਦਾ ਹੋਏਗਾ, ਇੱਕ ਰੁਪਿਆ ਵੀ ਦਾਜ ਨਹੀਂ ਲਿਆ ਹੋਵੇਗਾ ਤੇ ਉਹ ਕਹਿਣਗੇ ਡੋਰੀ ਦਾ ਕਰ ਦੇਵਾਂਗੇ। ਹਾਂਜੀ, ਉਹ ਚੀਜ਼ਾਂ ਜਿਹੜੀਆਂ ਉਹ ਆਦਮੀ ਵਾਸਤੇ ਵੀ, ਜਿਹੜੀ 181 ਕਾਲ ਹੈ ਸਿਰਫ ਲੇਡੀਜ਼ ਵਾਸਤੇ ਨਹੀਂ ਹੈ, ਉਹ ਤੇ ਕੋਈ ਵੀ ਮੇਲ ਫੀਮੇਲ ਆਪਣੀ ਪ੍ਰੋਬਲਮ ਕਰ ਸਕਦਾ। 1091 ਜਿਹੜੀ 1000 ਕਰਨੀ ਉਹ ਲੇਡੀਜ਼ ਵਾਸਤੇ, ਉਹ ਇਸ ਕਰਕੇ ਬਣਾਈ ਸੀ ਕਿ ਜਦੋਂ ਪਿੱਛੇ ਜੇ ਕਈ ਪ੍ਰੋਬਲਮਸ ਆਈਆਂ ਲੇਡੀਜ਼ ਰਾਤ ਆਉਣਾ ਜਾਣਾ ਔਖਾ ਹੁੰਦਾ ਸੀ, ਉਹ ਇਸ ਕਰਕੇ ਬਣਾਈ ਕਿ ਜੇ ਤੁਸੀਂ 10 ਵਜੇ ਤੱਕ 9 ਤੋਂ ਬਾਅਦ ਕਿਤੇ ਜਾਂਦੇ ਹੋ ਤੇ ਤੁਸੀਂ ਇੱਥੇ ਕਾਲ ਕਰੋ, ਤੁਹਾਨੂੰ ਪੁਲਿਸ ਹੈਲਪ ਮਿਲੇਗੀ ਤੁਹਾਡੇ ਗੰਦਾ ਤੱਕ ਪਹੁੰਚਾਉਣ ਵਾਸਤੇ। ਜੇ ਸਵੇਰੇ ਤੁਸੀਂ 5 ਵਜੇ ਤੋਂ ਪਹਿਲੇ ਅਪ ਟੂ ਸਵੇਰ ਰਾਤੀ 10 ਵਜੇ ਤੋਂ ਲੈ ਕੇ 6 ਵਜੇ ਤੱਕ ਤੁਹਾਨੂੰ ਪੁਲਿਸ ਹੈਲਪ ਅਵੇਲੇਬਲ ਹੈ। ਇਸੇ ਤਰ੍ਹਾਂ 1098 ਉਹ ਤੁਸੀਂ ਯੂਜ਼ ਕਰ ਸਕਦੇ ਚਾਈਲਡ ਹੈਲਪਲਾਈਨ ਵਾਸਤੇ, ਕੋਈ ਬੱਚਾ ਤੁਹਾਨੂੰ ਰਸਤੇ 'ਚ ਮਿਲ ਪਿਆ ਉਹਦੇ ਮਾਂ ਬਾਪ ਦਾ ਨਹੀਂ ਪਤਾ ਲੱਗਦਾ, ਤੁਸੀਂ ਉੱਥੇ ਦੱਸ ਸਕਦੇ ਜੀ। ਇਸ ਦੇ ਇਲਾਵਾ ਸਕੂਲਾਂ ਤੋਂ, ਕਾਲਜਿਸ ਤੋਂ, ਖਾਸ ਕਰਕੇ ਸਕੂਲਾਂ ਤੋਂ, ਕਿਉਂਕਿ ਕਾਲਜ ਦੇ ਬੱਚੇ ਤਾਂ ਸਮਝਦਾਰ ਹੋ ਜਾਂਦੇ ਜੀ, ਉਹ ਤਾਂ ਕੋਈ ਵਰਕ ਪਲੇਸ 'ਤੇ ਗੱਲ ਹੋਏਗੀ ਹੋਏਗੀ। ਜਿਹੜੇ ਸਕੂਲਾਂ 'ਚ ਹੈ ਨਾ, ਕਿਸੇ ਦਿਨ ਥੋੜ੍ਹੇ ਦਿਨ ਪਹਿਲੇ ਆਇਆ ਕਿ ਇਹਦਾ ਫਾਦਰ ਤੰਗ ਕਰਦਾ, ਕਿਸੇ ਵੇਲੇ ਇੱਕ ਭਰਾ ਤੰਗ ਕਰਦਾ, ਕਿਉਂਕਿ ਸਾਡਾ ਸਮਾਜ ਜਿਹੜਾ ਨਾ ਉਹ ਸੋਸ਼ਲ ਸਾਈਟ 'ਤੇ ਨਸ਼ਿਆਂ ਨੇ ਜ਼ਿਆਦਾ ਆਪਣੀ ਚਪੇਟ 'ਚ ਲੈ ਲਿਆ। ਉਹ ਬੱਚੇ ਸਮੇਂ ਤੋਂ ਵੱਡੇ ਹੋ ਰਹੇ ਆ, ਪਹਿਲੇ ਹੁੰਦਾ ਸੀ ਨਾ ਬਚਪਨਾ ਜੀ, ਕੋਈ ਵਾਰੀ 15-16 ਸਾਲ ਦਾ ਵੀ ਬੱਚਾ ਇੰਝ ਗੱਲ ਕਰਦਾ ਜਦੋਂ ਛੋਟਾ ਬੱਚਾ, ਇਸ ਕਰਕੇ ਅਜੇ ਬਚਪਨਾ। ਹੁਣ ਤੁਸੀਂ ਦੇਖੋ ਕਿ 10 ਸਾਲ ਦੇ ਬੱਚੇ ਨੂੰ ਵੀ ਇੰਨੀ ਸਮਝ ਹੈ ਜਿਹੜੀ ਆਪਾਂ ਨੂੰ ਸ਼ਾਇਦ 15-20 ਸਾਲ ਤੱਕ ਵੀ ਸਮਝ ਨਹੀਂ ਸੀ। ਇਹ ਸੋਸ਼ਲ ਮੀਡੀਆ
ਉਹਦੇ ਉੱਤੇ ਕੋਈ ਲੋਕ ਸਿਸਟਮ ਨਹੀਂ। ਮੈਂ ਤਾਂ ਸੱਚੀ ਦੱਸਾਂ, ਅੱਜ ਮੈਂ ਸਵੇਰੇ ਇੱਕ ਸਟੋਰੀ 'ਚ ਦੇਖਿਆ, ਮੈਂ ਖੁਦ ਇੰਨੀ ਸ਼ਰਮਸਾਰ ਹੋਈ ਕਿ ਜਿੰਨੇ ਪਾਈ ਹੈ ਜਾਂ ਜਿਹੜੇ ਦੇਖ ਰਹੇ ਨੇ, ਇਹ ਕੀ ਲੈਣਗੇ ਇਹਦੇ 'ਚੋਂ। ਮਤਲਬ ਜਿਹੜੇ ਵੀ ਪਾਉਂਦੇ ਨੇ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਅਸੀਂ ਇੱਕ ਸਮਾਜ ਦਾ ਹਿੱਸਾ ਹੋ ਕੇ ਪਾਈਏ ਜਿਹੜਾ ਸਾਡਾ ਕੋਈ ਅੱਛਾ ਮੈਸੇਜ ਲੱਗ। ਬਿਲਕੁਲ, ਔਰ ਰੀਲਸ ਜਿਹੜੀਆਂ ਆ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਆ, ਸੋਸ਼ਲ ਮੀਡੀਆ 'ਤੇ ਵੀਡੀਓਜ਼ ਦੇਖਦੇ, ਮਤਲਬ ਉਹ ਐਂਟਰਟੇਨਮੈਂਟ ਤੋਂ ਕਿਤੇ ਉੱਪਰ ਤੱਕ ਦਾ ਉਹਨਾਂ ਦਾ ਲੈਵਲ, ਮੈਂ ਬੋਲਣਾ ਨਹੀਂ ਚਾਹੁੰਗੀ, ਬਟ ਕਿਤੇ ਨਾ ਕਿਤੇ ਉਹ ਸੌਫਟ ਪੋਰਨ ਜਿਹੜਾ ਆ ਨਾ, ਹਾਂ ਹਾਂ, ਉਹ ਡਿਲੀਵਰ ਕਰ ਰਹੇ ਨੇ। ਔਰ ਜੋ ਚੰਗੀ ਗੱਲ ਨਹੀਂ ਹੈ, ਜੋ ਚੀਜ਼ ਦਾ ਪੜਦਾ ਹੈ ਉਹ ਪੜਦਾ ਹੀ ਹੋਣਾ ਚਾਹੀਦਾ। ਉਹ ਸਾਡੇ 'ਚ ਸਮਾਜ ਦੇ ਵਿੱਚ ਕੁਝ ਪੜਦੇ ਇਸ ਤਰ੍ਹਾਂ ਦੇ ਬਣੇ ਨੇ ਜੀ। ਕਿਉਂ ਬਣੇ? ਇਸੇ ਕਰਕੇ ਕਿ ਹਰ ਚੀਜ਼ ਜਿਹੜੀ ਹੈ ਅਸੀਂ ਲੋਕਾਂ ਸਾਹਮਣੇ ਖੁੱਲ੍ਹੇਆਮ ਪੇਸ਼ ਨਹੀਂ ਕਰ ਸਕਦੇ, ਘਰਾਂ ਦੇ ਵਿੱਚ ਵੀ। ਬਿਲਕੁਲ, ਇਸੇ ਕਰਕੇ ਸਮਾਜ ਜਿਹੜਾ ਬਚਦਾ ਜਦੋਂ ਥੋੜਾ ਪੜਦਾ ਹੁੰਦਾ। ਹਾਂਜੀ, ਇੱਕ ਦੂਜੇ ਤੋਂ ਆਪਾਂ ਡਰਦੇ ਹਾਂ, ਇੱਕ ਦੂਜੇ ਦੀ ਰਿਸਪੈਕਟ ਕਰਦੇ ਹਾਂ, ਜਦੋਂ ਪੜਦਾ ਹੀ ਉੱਠ ਜਾਂਦਾ ਤਾਂ ਫਿਰ ਤਾਂ ਸਾਰਾ ਤੁਹਾਡਾ ਖਤਮ ਹੋ ਜਾਂਦਾ। ਇਸ ਕਰਕੇ ਜਿਹੜਾ ਵੀ ਪਾਵੇ, ਮੈਂ ਇਹ ਨਹੀਂ ਕਹਿੰਦੀ ਕਿ ਜ਼ਰੂਰ ਪਾਣ, ਪਾਣੀਆਂ ਚਾਹੀਦੀਆਂ, ਪਰ ਹੱਦ ਤੱਕ, ਪਰ ਮਤਲਬ ਪਾਵੇ ਜਿਹਦੇ ਤੋਂ ਸਮਾਜ ਦਾ ਭਲਾ ਹੋਵੇ ਜੀ, ਜਿੱਥੋਂ ਬੱਚਿਆਂ ਨੂੰ ਕੁਝ ਸਿੱਖਣ ਨੂੰ ਮਿਲੇ, ਜਿਸ ਨੂੰ ਔਰਤਾਂ ਕੁਝ ਸਮਝਣ ਤੇ ਉਹਨਾਂ ਦਾ ਭਲਾ ਹੋਵੇ। ਇਹੋ ਜਿਹਾ ਨਹੀਂ ਕਿ ਛੋਟੀਆਂ ਬੱਚੀਆਂ, ਤੁਸੀਂ ਦੇਖੋ ਕਿੰਨੀਆਂ ਬੱਚੀਆਂ ਮੇਰੇ ਕੋਲ ਇਸ ਤਰ੍ਹਾਂ ਦੀਆਂ ਆਉਣਗੀਆਂ ਕਿ ਬੇਟੇ ਨੰਬਰ ਕਿੱਥੋਂ ਮਿਲਿਆ, ਮੈਂ ਵੀ ਇੱਕ ਵਾਰੀ ਮਿਸਡ ਕਾਲ ਆਈ ਸੀ, ਇਸ ਤਰ੍ਹਾਂ ਦੇ ਵੀ ਕੇਸਿਸ ਆਉਂਦੇ ਸੀ। ਤੇ ਫਿਰ ਮੈਂ ਕਿਹਾ, ਮੈਂ ਦੁਬਾਰਾ ਬੈਕ ਕਾਲ ਕੀਤੀ ਤੇ ਅਸੀਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੇ ਤੇ ਉੱਥੋਂ ਰਿਲੇਸ਼ਨਸ ਕੀ ਬਣ ਗਏ। ਹੁਣ ਅੱਗੇ ਆਪਾਂ ਰਿਸ਼ਤਾ ਕਰਦੇ ਸੀ ਤੇ ਕੋਈ ਦੇਖਦੇ ਸੀ ਕਿ ਇਹਦੇ ਪੇਰੈਂਟਸ ਕੌਣ ਹੈ, ਇਹ ਕਿਹੜਾ ਪਰਿਵਾਰ ਨੂੰ ਹੈ, ਕਿਸ ਤਰ੍ਹਾਂ ਦਾ ਇਹਨਾਂ ਦੇ ਘਰ ਦੇ ਹਾਲਾਤ ਨੇ, ਕਿ ਫਿਰ ਜਾ ਕੇ ਰਿਸ਼ਤਾ। ਹੁਣ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ, ਔਰ ਰਿਸ਼ਤਾ ਕਰਨ ਤੱਕ ਪੱਕੇ ਹੋ ਰਹੇ ਹੋ। ਬਿਲਕੁਲ, ਉਹ ਇੱਕ ਨਸ਼ੇੜੀ ਹੈ, ਉਹ ਇੱਕ ਚੋਰ ਹੈ, ਉਹ ਇੱਕ ਟੈਰਿਸਟ ਹੈ, ਸਾਨੂੰ ਕੁਛ ਨਹੀਂ ਪਤਾ। ਉਹ ਸਿਰਫ ਅਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਹਾਂ, ਪਰ ਜਦੋਂ ਰਿਜ਼ਲਟ ਹੁੰਦਾ ਤੇ ਅਸੀਂ ਪਤਾ ਨਹੀਂ ਕਿੱਥੇ ਪਹੁੰਚ ਚੁੱਕੇ ਪਹੁੰਚੋ। ਸੋ ਮਤਲਬ ਆਪਾਂ ਨੂੰ ਖੁੱਲ ਜਾਗਣਾ ਪਏਗਾ, ਅਵੇਅਰ ਹੋਣਾ ਪਏਗਾ। ਮੈਨੂੰ ਇਹੀ ਹੁੰਦਾ ਜਿਹੜਾ ਸਮਾਜ ਦੇ ਵਿੱਚ ਅਸੀਂ ਜਦੋਂ ਵਿਚਰਦੇ ਹਾਂ, ਅਸੀਂ ਉਹ ਗੱਲ ਕਰੀਏ ਜਿਹੜੀ ਸਮਾਜ ਨਾਲ ਸੰਬੰਧਿਤ ਜੀ, ਜਿਹਦੇ ਨਾਲ ਸਮਾਜ ਦਾ ਭਲਾ ਹੋਵੇ, ਜਿਹਦੇ ਨਾਲ ਕਿਸੇ ਨੂੰ ਰਾਹ ਮਿਲੇ। ਹਾਂਜੀ, ਚਾਹੇ ਉਹਦਾ ਐਜੂਕੇਸ਼ਨ ਦਾ, ਚਾਹੇ ਨੌਕਰੀ ਦਾ, ਇਹ ਬਾਕੀ ਗੱਲਾਂ ਦੁਨੀਆ ਐਂਟਰਟੇਨ ਦੀ। ਮੈਂ ਤਾਂ ਇਵਨ ਦੇਖਿਆ ਕਈ ਬਜ਼ੁਰਗ ਐਸੀਆਂ ਰੀਲਾਂ ਬਣਾਉਂਦੇ ਆ, ਮੈਂ ਕਿ ਨਹੀਂ ਸਮਝ ਹੀ ਨਹੀਂ ਆਉਂਦੀ ਕੀ ਕਹਿੰਦੇ ਹੁੰਦੇ ਸੀ ਕਿ ਆਪਾਂ ਜਦੋਂ ਛੋਟੇ ਹੁੰਦੇ ਪੜ੍ਹਦੇ ਸੀ ਬ੍ਰਹਮਚਾਰੀ ਗ੍ਰਸਥ ਹੈ ਤੇ ਅਸੀਂ ਤਾਂ ਫੋਲੋ ਕਰਨਾ ਚਾਹੁੰਦੇ ਹਾਂ, ਪਰ ਇਹ ਲੋਕਾਂ ਨੂੰ ਸ਼ਾਇਦ ਮਨੀ ਮਾਈਂਡਿਡ ਨੇ, ਸ਼ਾਇਦ ਕਮਾਈ ਦੇ ਸਾਧਨ 'ਚ ਕਈ ਚੀਜ਼ਾਂ ਹੀ ਭੁੱਲ ਗਏ। ਮਤਲਬ ਇੱਕ ਦਾਇਰਾ ਜਿਹੜਾ ਆ ਨਾ, ਉਹ ਦਾਇਰਾ ਰਹਿ ਹੀ ਨਹੀਂ ਗਿਆ, ਮਤਲਬ ਮਰਿਆਦਾ ਦਾ ਦਾਇਰਾ। ਬਿਲਕੁਲ, ਮੇਨ ਮਰਿਆਦਾ ਦਾ ਦਾਇਰਾ ਉਹ ਰਹਿ ਹੀ ਨਹੀਂ ਗਿਆ। ਬੱਚੇ ਜਿਹੜੇ ਆ, ਜੋ ਉਹਨਾਂ ਦੀ ਏਜ ਦੇ ਵਿੱਚ ਜੋ ਉਹਨਾਂ ਨੂੰ ਦੇਖਣਾ ਚਾਹੀਦਾ ਉਹ ਕੰਟੈਂਟ ਨਹੀਂ ਮਿਲ ਰਿਹਾ। ਔਰ ਚਲੋ ਇੱਕ ਏਜ ਹੁੰਦੀ ਹੈ, ਠੀਕ ਹੈ, ਉਹ ਲੋਕ ਵੀਡੀਓਜ਼ ਪਾਉਂਦੇ ਆ, ਉਹਨਾਂ ਨੂੰ ਅਸੀਂ ਕੁਛ ਕਹਿ ਨਹੀਂ ਸਕਦੇ, ਹੈ ਨਾ। ਪਰ ਇੱਕ ਏਜ ਹੁੰਦੀ 60+, 50+, 70+, ਉਹ ਲੋਕ ਵੀ ਜਿਹੜੇ ਆ ਨਾ, ਉਹ ਵੀ ਮਰਿਆਦਾ ਦੇ ਦਾਇਰੇ ਚੋਂ ਜਿਹੜੇ ਉਹ ਬਾਹਰ ਨਿਕਲਦੇ ਪਏ, ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਰਨਾ ਕੀ ਚਾਹੁੰਦੇ ਆ। ਕਿਉਂਕਿ ਬਜ਼ੁਰਗਾਂ ਤੋਂ ਹਮੇਸ਼ਾ ਅਸੀਂ ਸਿੱਖਦੇ ਹਾਂ ਜੀ, ਤੇ ਜੇ ਸਾਡੇ ਬਜ਼ੁਰਗਾਂ ਦੇ ਹਾਲਾਤ ਰੋਲ ਮਾਡਲ ਹੀ ਸਾਡੇ ਡਿਸਟਰਬ ਹੋ ਗਏ, ਕੁਰਾਹੇ ਪੈ ਗਏ, ਤੇ ਰਾਹੇ ਕੌਣ ਪਾਏਗਾ ਜੀ। ਮੈਂ ਇੱਕ ਲਿਖਿਆ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇਗਾ, ਮੈਂ ਲਿਖਦੀ ਵੀ ਹਾਂ, ਤੇ ਮੈਂ ਇੱਕ ਬੁੱਕ ਲਿਖੀ ਆਪਣੀ, ਔਰ ਮੈਨੂੰ ਬੜੀ ਖੁਸ਼ੀ ਹੋਈ। ਮੈਨੂੰ ਡਰ ਲੱਗਦਾ ਸੀ ਕਿ ਇਹ ਜਦੋਂ ਬੁੱਕ ਛਪੇਗੀ ਪਤਾ ਨਹੀਂ ਹੈ ਕਿ ਨਹੀਂ, ਪਰ ਮੈਂ ਬਹੁਤ ਆਪਣੇ ਆਪ ਨੂੰ ਖੁਸ਼ ਮਹਿਸੂਸ ਉਦਨ ਕੀਤੀ ਜਿੱਦਣ ਉਹਨਾਂ ਕਿਹਾ ਜੀ ਐਸੀ ਬੁੱਕ ਹੈ, ਇਹ ਚਾਰ ਕੈਟਾਗਰੀ ਸਾਡੇ 'ਚ ਹੁੰਦੀਆਂ ਨੇ, ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਕਿਹੜੀ ਕੈਟਾਗਰੀ 'ਚ ਰੱਖਾਂ, ਕਿਉਂਕਿ ਹਰ ਇੱਕ 'ਚ ਸੂਟ ਕਰਦੀ। ਮੈਂ ਜੋ ਸਮਾਜ 'ਚ ਦੇਖਿਆ, ਜੋ ਵਿਚਰ ਰਿਹਾ, ਉਹਨੂੰ ਮੈਂ ਕਲਮਬੰਦ ਕੀਤਾ।
ਤੇ ਉਸ ਆਦਮੀ ਨੇ ਉਸ ਦਾ ਨਾਂ ਕੀ ਦਿੱਤਾ, ਆਦਰਸ਼ ਜੀਵਨ ਜਾਂਚ। ਇੱਕ ਆਦਰਸ਼ ਜੀਵਨ ਨੂੰ ਬਤਾਉਣ ਵਾਸਤੇ ਕੈਸੀ ਜ਼ਿੰਦਗੀ ਚਾਹੀਦੀ। ਸੋ ਮੈਂ ਇੱਥੇ ਅੱਜ ਸੇਂਟ ਸ਼ੋਲਜ਼ਰ ਦੇ ਵਿਹੜੇ 'ਚ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਇਸ ਗਰੁੱਪ ਨੇ ਸਮਾਜ ਨੂੰ ਕਿੰਨਾ ਐਡੂਕੇਟ ਕੀਤਾ ਜੀ, ਕਿੰਨਾ ਕੁਛ ਦਿੱਤਾ, ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ, ਕਿੰਨੇ ਲੋਕਾਂ ਦੀ ਜ਼ਿੰਦਗੀ ਬਣਾਈ ਹੈ ਜੀ। ਅੱਜ ਕਿੰਨੇ ਪੁਲਿਸ ਆਫਿਸਰ ਇੱਥੋਂ ਨਿਕਲੇ, ਕਿੰਨੇ ਵਕੀਲ ਨਿਕਲੇ ਨੇ, ਕਿੰਨੇ IAS ਆਫਿਸਰ ਨਿਕਲੇ ਨੇ, PCS ਨਿਕਲੇ ਨੇ। ਇਹ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਸਾਡੇ ਸੋਸ਼ੀਅਲਸ ਦੀ। ਤਾਂ ਸੋ ਜੇ ਇਹੋ ਜਿਹੇ ਕੁਛ ਹੋਰ ਲੋਕ ਵੀ ਕਰਨ ਜਾਂ ਕਰ ਰਹੇ ਨੇ, ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਆਭਾਰੀ ਹਾਂ, ਕਿਉਂਕਿ ਇਹ ਸਮਾਜ ਲਈ ਕੀਤਾ ਗਿਆ ਕੰਮ ਅਸਲ 'ਚ ਪਰਮਾਤਮਾ ਲਈ। ਕਹਿੰਦੇ ਸਰਵਿਸ ਟੂ ਹਿਊਮੈਨਿਟੀ ਇਜ਼ ਸਰਵਿਸ ਟੂ ਗੋਡ। ਯੈਸ, ਮਾਨਵਤਾ ਤੇ ਸੇਵਾ ਹੀ ਪਰਮਾਤਮਾ। ਸੋ ਸੇਂਟ ਸ਼ੋਲਜ਼ਰ ਕਾਲਜ, ਸਕੂਲ, ਅੱਜ ਇੰਨੇ ਗਰੁੱਪਸ, ਮੈਂ ਬਹੁਤ ਬਚਪਨ ਤੋਂ ਇਹਨਾਂ ਨੂੰ ਜਾਣਦੀ ਹਾਂ, ਇਹਨਾਂ ਦੇ ਮਦਰ ਨੂੰ ਜਾਣਦੀ ਹਾਂ, ਬਾਕੀ ਸੰਗੀਤਾ ਜੀ ਚੋਪੜਾ ਸਾਹਿਬ ਜੋ ਵੀ ਕਰ ਰਹੇ ਨੇ ਸਮਾਜ ਵਾਸਤੇ, ਉਹ ਸਾਡੇ ਵਾਸਤੇ ਇੱਕ ਅਨਮੋਲ ਹੈ, ਕਿਉਂਕਿ ਇਹਨਾਂ ਨੇ ਬਹੁਤ ਜੀਆਂ ਜ਼ਿੰਦਗੀਆਂ ਸਵਾਰ ਦਿੱਤੀਆਂ। ਆਪ ਮਿਹਨਤ ਕੀਤੀ, ਆਪ ਰਾਤਾਂ ਜਾਗੇ ਹੈ, ਪਰ ਲੋਕਾਂ ਨੂੰ ਜਾਗਣ ਵਾਲਾ ਬਣਾ ਦਿੱਤਾ, ਅਵੇਅਰ ਕਰ ਦਿੱਤਾ। ਬਿਲਕੁਲ। ਸੋ ਇਹਨਾਂ ਦੇ ਵੀ ਅਸੀਂ ਆਭਾਰੀ ਹਾਂ, ਔਰ ਅੱਜ ਤੁਸੀਂ ਮੈਨੂੰ ਮੌਕਾ ਦਿੱਤਾ ਹੈ, ਮੈਂ ਤੁਹਾਡੀ ਵੀ ਬਹੁਤ ਬਹੁਤ ਆਭਾਰੀ ਹਾਂ। ਬਸ ਇਹੀ ਕਹਿਣਾ ਚਾਹਾਂਗੀ, ਪਰਮਾਤਮਾ ਕਰੇ ਇਹ ਫੁਲਵਾੜੀ ਹਮੇਸ਼ਾ ਖਿਲੀ ਰਹੇ, ਹਮੇਸ਼ਾ ਵਾਧੀ ਫੁੱਲਦੀ ਰਹੇ, ਔਰ ਇਸ ਤਰ੍ਹਾਂ ਸਮਾਜ ਵਾਸਤੇ ਕੰਮ ਕਰਦੇ ਰਹਿਣ, ਤਾਂ ਕਿ ਇੱਕ ਸਮਾਜ ਸੰਤੁਲਿਤ ਸਮਾਜ ਬਣੇ ਜੀ, ਜਿਸ ਦੇ ਵਿੱਚ ਇਹ ਸਾਡਾ ਪੰਜਾਬ, ਇਹ ਸਾਡਾ ਭਾਰਤ, ਇੱਕ ਅੱਜ ਭਾਰਤ ਦੇ ਵਿੱਚ ਇਹਨਾਂ ਦੇ ਸਟੂਡੈਂਟਸ ਜਿਹੜੇ ਆ, ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਸਟੂਡੈਂਟਸ ਕੰਮ ਕਰ ਰਹੇ ਨੇ, ਔਰ ਤੁਹਾਡੇ ਤੋਂ ਮੈਨੂੰ ਬਹੁਤ ਸੁਣ ਕੇ ਹੋਰ ਖੁਸ਼ੀ ਹੋਈ ਹੈ ਵੀ ਇਸ ਤਰ੍ਹਾਂ ਦੀ ਇਹ ਪ੍ਰਫੁੱਲਿਤ ਆਪਣੀ ਕਿਆਰੀ ਹੈ, ਜਿਹਨੇ ਇੰਨੇ ਰੰਗ ਬਖੇਰੇ ਨੇ ਲੋਕਾਂ ਦੇ ਦਿਲਾਂ 'ਚ, ਰੰਗ ਭਰੇ ਨੇ, ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦੀ ਮਿਹਨਤ ਬੋਲਦੀ ਹੈ ਜੀ। ਬਿਲਕੁਲ, ਔਰ ਸਾਨੂੰ ਵੀ ਬਹੁਤ ਖੁਸ਼ੀ ਹੋਈ, ਅਸੀਂ ਬਹੁਤ ਕਹਿ ਸਕਦੇ ਹਾਂ ਕਿ ਮਾਣ ਮਹਿਸੂਸ ਕਰ ਰਹੇ ਹਾਂ ਕਿ ਤੁਸੀਂ ਸਾਡੇ ਕੋਲ ਆਏ, ਇੰਨੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਔਰ ਲੋਕਾਂ ਨੂੰ ਦੱਸਿਆ ਕਿ ਜੇਕਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਕਿੱਥੇ ਜਾਣਾ ਹੈ, ਕਿਸ ਨੂੰ ਮਿਲਣਾ ਹੈ, ਹੈਨਾ। ਔਰ ਜਾਂਦੇ ਜਾਂਦੇ ਇੱਕ ਹੋਰ ਸੁਨੇਹਾ ਦੇਣਾ ਚਾਹਾਂਗੀ, ਜਿਸ ਤਰ੍ਹਾਂ ਕਿ ਇੱਕ ਲੜਕੀ ਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਕੋਈ ਗਲਤ ਕੰਮ ਹੋਇਆ, ਮੈਂ ਕਿਸ ਤਰ੍ਹਾਂ ਹੈਲਪ ਲਵਾਂ ਜੀ। ਇੱਕ ਮੈਂ ਲੋਕ ਅਦਾਲਤ ਦੀ ਮੈਂਬਰ ਹੋਣ ਦੇ ਨਾਤੇ ਤੁਹਾਨੂੰ ਦੱਸਾਂਗੀ, DLSA ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ, ਉਹਦੇ ਵਿੱਚ ਕੀ ਹੁੰਦਾ, 1968 ਮੋਸਟ ਪ੍ਰੋਬਬਲੀ ਉਹਨਾਂ ਦਾ ਨੰਬਰ ਹੈ, ਉੱਥੇ ਜੇ ਤੁਹਾਡੇ ਨਾਲ ਕੋਈ ਸਫਰਰ ਹੋ, ਤੁਸੀਂ ਵਾਕਈ ਤੁਹਾਡਾ ਗਲਤ ਕੰਮ ਹੋਇਆ, ਚਾਹੇ ਪੋਕਸੋ ਦੇ ਅੰਡਰ ਹੋਇਆ, ਚਾਹੇ ਤੁਹਾਡੇ ਨਾਲ ਅੰਡਰ ਅਡਲਟ ਨਾਲ ਕੋਈ ਗਲਤ ਕੰਮ ਹੋਇਆ, ਤੁਸੀਂ ਉੱਥੇ ਤੁਹਾਨੂੰ ਫ੍ਰੀ ਲੀਗਲ ਏਡ ਮਿਲੇਗੀ, ਫ੍ਰੀ ਲੀਗਲ ਏਡ ਮਿਲੇਗੀ। ਇੱਥੇ ਬਣਿਆ ਹੋਇਆ ਕਮਿਊਨਿਟੀ ਸੈਂਟਰ ਦੇ ਚ, ਆਪਣੇ ਕਚਹਿਰੀ ਦੇ ਵਿੱਚ, ਤੁਸੀਂ ਉੱਥੇ ਜਾਓ ਤੇ ਤੁਸੀਂ ਕਹੋ ਜੀ ਸਾਨੂੰ ਇਹ ਪ੍ਰੋਬਲਮ ਹੈ, ਤੁਹਾਨੂੰ ਉੱਥੇ ਪ੍ਰੋਪਰ ਗਾਈਡੈਂਸ ਮਿਲੇਗੀ, ਤੁਹਾਡੀ ਹੈਲਪ ਮਿਲੇਗੀ, ਫ੍ਰੀ ਵਕੀਲ ਮਿਲੇਗਾ, ਉਹ ਲੜੇਗਾ ਤੁਹਾਡੇ ਵਾਸਤੇ। ਔਰ ਉਹਦੇ DLSA ਦੇ ਅੰਡਰ ਹੋਰ ਵੀ ਬਹੁਤ ਸਾਰੀਆਂ ਸੁਵਿਧਾਵਾਂ ਨੇ, ਜੇ ਤੁਸੀਂ ਔਰਤ ਹੋ, ਤੁਹਾਡੀ ਇਨਕਮ ਨਹੀਂ ਹੈ, ਜਿਸ ਤਰ੍ਹਾਂ ਸਪੋਜ਼ ਕਰੋ ਕਿ ਮੇਰੇ ਹਸਬੈਂਡ ਨੇ ਕੋਈ ਗਲਤ ਕੰਮ ਕੀਤਾ, ਉਹ 'ਚ ਮੇਰਾ ਤਾਂ ਕੋਈ ਦੋਸ਼ ਨਹੀਂ ਜੀ, ਉਹ ਅੰਦਰ ਚਲਾ ਗਿਆ, ਮੈਂ ਰੋਟੀ ਕਿੱਥੋਂ ਖਾਣੀ, ਉਹ ਤਦ ਵੀ ਹੈਲਪ ਕਰਦੇ। ਜੇ ਇੱਕ ਬੱਚਾ ਕਿਸੇ ਦਾ, ਉਹਨੂੰ ਕੁਛ ਪਿਓ ਨੇ ਗਲਤ ਚੀਜ਼ ਫੜਾ ਦਿੱਤੀ, ਉਹ ਫੜਿਆ ਗਿਆ, ਉਹ ਬੱਚੇ ਦਾ ਤਾਂ ਕੋਈ ਕਸੂਰ ਨਹੀਂ। ਸੋ ਤੁਸੀਂ ਉਹਨੂੰ ਪੜ੍ਹੋ DLSA ਨੂੰ, ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲੇਗੀ ਕਿ ਲੇਡੀਜ਼ ਨੂੰ ਜਾਂ ਆਮ ਲੋਕਾਂ ਨੂੰ
ਕਿੰਨੀਆਂ ਸਹੂਲਤਾਂ ਨੇ, ਸਹੂਲਤਾਂ ਸਰਕਾਰਾਂ ਨੇ ਬਹੁਤ ਦਿੱਤੀਆਂ ਹੋਈਆਂ, ਉਹਨਾਂ ਬਾਰੇ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ। ਸੋ ਇਹ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਕਿ ਇਸ ਪੋਡਕਾਸਟ ਦੇ ਰਾਹੀਂ ਲੋਕਾਂ ਨੂੰ, ਉਹਨਾਂ ਨੂੰ ਜਾਗਰੂਕ ਕਰ ਰਹੇ ਹੋ, ਅਵੇਅਰ ਕਰ ਰਹੇ ਹੋ ਕਿ ਉਹ ਆਪਣੇ ਅਧਿਕਾਰਾਂ ਦੇ ਅਤੇ ਕਰਤੱਵਿਆਂ ਦੇ ਪ੍ਰਤੀ ਜਾਗਰੂਕ ਹੋਣਗੇ ਅਤੇ ਇੱਕ ਭਾਰਤ ਦਾ ਅੱਛਾ ਸਿਟੀਜ਼ਨ ਬਣ ਸਕਦਾ। ਬਿਲਕੁਲ, ਔਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਨੰਬਰਸ ਦਿੱਤੇ ਨੇ, ਹਨਾ, ਔਰ ਉਹਨਾਂ ਦੇ ਉੱਪਰ ਜੇ ਕਿਸੇ ਨੂੰ ਵੀ ਕੋਈ ਵੀ ਸਮੱਸਿਆ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਉਸਦੇ ਨਾਲ ਕੋਈ ਨਾ ਇਨਸਾਫ਼ੀ ਜਾਂ ਕੋਈ ਗਲਤ ਗੱਲ ਹੋ ਰਹੀ ਹੈ ਤਾਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦਾ ਹੈ, ਔਰ ਮੈਮ ਹਮੇਸ਼ਾ ਸਾਡੇ ਕੋਲ ਅਵੇਲੇਬਲ ਨੇ, ਤੁਸੀਂ ਉਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਔਰ ਆਈ ਹੋਪ ਕਿ ਅੱਜ ਦਾ ਜਿਹੜਾ ਸਾਡਾ ਪੋਡਕਾਸਟ ਹੈ ਔਰ ਬਹੁਤਿਆਂ ਦੇ ਲਈ ਇਹ ਰਾਹ ਦਸੇਰਾ ਬਣੇਗਾ, ਕੰਮ ਆਵੇਗਾ। ਸਾਡੇ ਨਾਲ ਬਣੇ ਰਹੋ ਸਾਡੇ ਸੇਮ ਸੋਲਜਰ ਪੋਡਕਾਸਟ ਦੇ ਵਿੱਚ, ਔਰ ਅਗਲੀ ਵਾਰੀ ਫਿਰ ਮੁਲਾਕਾਤ ਹੋਵੇਗੀ। ਪਰ ਇਸ ਐਪੀਸੋਡ ਨੂੰ ਦੇਖ ਕੇ ਇਸ ਨੂੰ ਤੁਸੀਂ ਸਾਂਝਾ ਜ਼ਰੂਰ ਕਰਨਾ ਹੈ, ਸ਼ੇਅਰ ਜ਼ਰੂਰ ਕਰਨਾ ਹੈ, ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਹੈ ਰਾਹ ਮਿਲ ਸਕੇ। ਧੰਨਵਾਦ। ਮੈਂ ਇੱਕ ਵਾਰੀ ਜਲਦੀ ਜਲਦੀ ਫਿਰ ਆਪਣਾ ਨੰਬਰ ਦੱਸ ਦਿੰਦੀ ਹਾਂ, 9878249944। ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਹੋਵੇ, ਉਹ ਸਾਨੂੰ ਕੰਟੈਕਟ ਕਰ ਸਕਦਾ, ਔਰ ਅਸੀਂ ਉਹਨੂੰ ਜ਼ਰੂਰ ਰਾਹ ਦੱਸਾਂਗੇ, ਜ਼ਰੂਰ। ਔਰ ਇੱਕ ਵਾਰੀ ਬਹੁਤ ਬਹੁਤ ਜਸਪ੍ਰੀਤ, ਤੁਹਾਡਾ ਧੰਨਵਾਦ ਇੱਥੇ ਬੁਲਾਉਣ ਦਾ ਔਰ ਗੱਲਬਾਤ ਕਰਨ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ।